press the bell icon and never miss a video from newsnumber.com. Dil diyan gallan ajj mere naal. ਗੱਲ ਦੋਸਤੋ, ਤੁਹਾਡਾ newsnumber.com ਵੇਖ ਰਹੇ ਸਾਰੇ ਦੋਸਤਾਂ ਦਾ ਮੈਂ ਬਿੱਟੂ ਚੱਕਵਾਲਾ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕਬੱਡੀ ਦੇ ਇੱਕ ਅਜਿਹੇ ਸਟਾਰ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ 35 ਕਿਲੋ ਭਾਰ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਪੰਜਾਬ ਦੀਆਂ ਵੱਖੋ ਵੱਖਰੀਆਂ ਕਬੱਡੀ ਅਕੈਡਮੀ ਦੇ ਵਿੱਚ ਆਪਣੀ ਮਿਹਨਤ ਦਾ, ਆਪਣੇ ਖੇਡ ਦਾ, ਬਲ ਦਾ ਸਬੂਤ ਦਿੰਦਾ ਆ ਰਿਹਾ। ਗੱਲ ਕਰੀਏ ਪੱਤੋ ਹੀਰਾ ਸਿੰਘ ਦੀ ਫਰੈਂਡਸ ਕਬੱਡੀ ਕਲੱਬ ਵੱਲੋਂ, ਸ਼ਾਹਕੋਟ ਦੀ ਟੀਮ ਵੱਲੋਂ, ਉੱਥੇ ਨਾਲ ਦੀ ਨਾਲ ਨਾਨਕਸਰ, ਜਗਰਾਓਂ ਅਤੇ ਹੋਰ ਵੀ ਕਲੱਬਾਂ ਦੇ ਵੱਲੋਂ ਖੇਡਦਿਆਂ ਇਸ ਨੌਜਵਾਨ ਨੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ। ਜੀ ਹਾਂ, ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਜੰਗੀਆਣਾ ਦੇ ਵਿੱਚ। ਜੰਗੀਆਣੇ ਦਾ ਗੁਰਪ੍ਰੀਤ ਸਿੰਘ ਅੱਜ newsnumber.com 'ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵੇਗਾ। ਗੁਰਪ੍ਰੀਤ ਬਾਈ, ਬਹੁਤ ਬਹੁਤ ਸਵਾਗਤ। newsnumber.com ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਈ, ਕਹਿੰਦੇ ਹੁੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਕਬੱਡੀ ਤੁਹਾਡਾ ਜਨੂੰਨ ਹੈ, ਤੁਹਾਡਾ ਸ਼ੌਂਕ ਹੈ, ਤੁਹਾਡਾ ਪਿਆਰ ਹੈ। ਹਾਂਜੀ, ਪਰ ਮੈਂ ਵੇਖ ਰਿਹਾ ਸੀ ਕਿ ਤੁਹਾਡੇ ਡੋਲੇ 'ਤੇ ਇੱਕ ਸ਼ਹੀਦ ਭਗਤ ਸਿੰਘ ਦਾ ਟੈਟੂ ਬਣਾਇਆ ਹੋਇਆ। ਹਾਂਜੀ ਹਾਂਜੀ, ਕੋਈ ਕਿਸੇ ਦਾ ਟੈਟੂ ਬਣਾਉਂਦਾ, ਕੋਈ ਆਪਣੇ ਮਾਪਿਆਂ ਦਾ ਬਣਾਉਂਦਾ, ਕਿਸੇ ਦਾ ਕੋਈ ਸ਼ੌਂਕ ਹੁੰਦਾ, ਕਬੱਡੀ ਖਿਡਾਰੀਆਂ 'ਚ ਟੈਟੂ ਬਣਾਉਣ ਦਾ ਬੜਾ ਕਰੇਜ਼ ਹੈ। ਹਾਂਜੀ, ਤੁਸੀਂ ਭਗਤ ਸਿੰਘ ਦਾ ਹੀ ਟੈਟੂ ਕਿਉਂ ਬਣਵਾਇਆ? ਮੈਂ ਵੀ ਟੂ ਵੀਰੇ, ਮੈਨੂੰ ਭਗਤ ਸਿੰਘ ਨੂੰ ਸਟਾਰਟਿੰਗ 'ਤੇ ਫੋਲੋ ਕਰਦੇ ਹਾਂ ਵੀ ਇਸ ਬੰਦੇ ਨੇ ਆਪਣੇ ਦੇਸ਼ ਯਾਦ ਕਰਾਉਣ ਲਈ ਆਪਣੀ ਜਾਨ ਤੱਕ ਵਾਰਤੀਆਂ ਜੀ, ਅਤੇ ਮਤਲਬ ਇਹਨੂੰ ਆਪਦਾ ਬਣਦਾ ਹੱਕ ਸਰਕਾਰਾਂ ਨੇ ਤਾਂ ਨਹੀਂ ਦਿੱਤਾ, ਤਾਂ ਮਤਲਬ ਇਸ ਨੂੰ ਆਪ ਫੋਲੋ ਕਰਦੇ ਕੋਈ, ਮਤਲਬ ਮੈਂ ਟੈਟੂ ਇਹਦਾ ਬਣਵਾਇਆ ਸੀਗਾ ਵੀ ਜੇ ਕੋਈ ਕੱਲ੍ਹ ਨੂੰ ਦੇਖਦਾ ਤਾਂ ਪੁੱਛਦਾ ਤਾਂ ਹੈ ਨਾ ਵੀ ਕੌਣ, ਜੇ ਬੰਦੇ ਨੂੰ ਨਹੀਂ ਵੀ ਪਤਾ, ਜਿੱਦਾਂ ਆਪਣੇ ਨਿਊ ਜਨਰੇਸ਼ਨ ਆਉਣੀ ਆ, ਬੱਚੇ ਆਪਣੇ ਆ, ਜਿੱਦਾਂ ਮੇਰੀ ਕੁੜੀ ਆ ਜਾਂ ਮੈਨੂੰ ਪੁੱਛਦੇ ਉਹਨੂੰ ਦੱਸੀਦਾ ਵੀ ਸ਼ਹੀਦ ਭਗਤ ਸਿੰਘ ਆ ਜਾਂ ਇਸ ਕਰਕੇ ਇੱਦਾਂ ਇਹਨੇ ਆਪਣਾ ਦੇਸ਼ ਯਾਦ ਕਰਵਾਇਆ ਸੀ, ਅਤੇ ਤਾਂ ਉਹਦਾ ਕਰਕੇ ਮੈਂ ਸ਼ਹੀਦ ਭਗਤ ਸਿੰਘ ਦਾ ਟੈਟੂ ਬਣਵਾਇਆ। ਸੋਚ ਵੀ ਰੱਖੀ ਆ, ਹਾਂਜੀ ਸੋਚ ਭਗਤ ਸਿੰਘ ਵਾਲੀ, ਜੇ ਕੋਈ ਭਗਤ ਸਿੰਘ ਤਾਂ ਆਪਾਂ ਨਹੀਂ ਬਣ ਸਕਦੇ, ਪਰ ਜਿੰਨਾ ਕੁ ਹੋ ਸਕਦਾ ਆਪਾਂ ਨੂੰ ਫੋਲੋ ਕਰਦੇ ਹਾਂ ਜੀ, ਤਾਂ ਆਪਾਂ ਸੋਚ ਤਾਂ ਭਗਤ ਸਿੰਘ ਵਾਲੀ ਰੱਖ ਹੀ ਸਕਦੇ, ਜਿੰਨੀ ਕੁ ਆਪਾਂ ਕਰ ਸਕਦੇ ਹਾਂ, ਅਤੇ ਇਸ ਕਰਕੇ ਮਤਲਬ ਭਗਤ ਸਿੰਘ ਦਾ ਟੈਟੂ ਬਣਾਇਆ। ਬਾਕੀ ਜਿੱਦਾਂ ਹੋਰ ਪਲੇਅਰਾਂ ਦੇ ਕੋਈ ਬਣਾਏ, ਮੈਂ ਕਿਹਾ ਨਾਂ ਤਾਂ ਲੈਣਾ ਨਹੀਂ ਚਾਹੁੰਦਾ, ਜਾਂ ਕਿ ਨੇ ਬਾਬਾ ਦੀਪ ਸਿੰਘ ਦਾ ਜਾਂ ਹੋਰ ਕੋਈ ਬਣਾਏ ਆ, ਬਿਲਕੁਲ ਬੜੇ ਬਣਾਏ ਹੁੰਦੇ। ਹਾਂਜੀ ਬਣਾਇਆ, ਤਾਂ ਉਹ ਬਣਾਉਣ ਦਾ ਜਿੱਦਾਂ ਹੁਣ ਮੇਰੇ ਭਗਤ ਸਿੰਘ ਬਣਾਇਆ, ਇਹ ਨਾ ਉੱਥੇ ਚੀਜ਼ 'ਤੇ ਬੰਦਾ ਪਲੇਅਰ ਮਾਰ ਖਾਂਦਾ, ਜਿੱਦਾਂ ਭਗਤ ਸਿੰਘ ਦੀ ਬਣਾਈ ਜਾਂ ਕੋਈ ਬਾਬੇ ਦੀ ਫੋਟੋ ਬਣਾਈ ਅਤੇ ਮੂੰਹ 'ਚ ਕਿਸੇ ਸਿਗਰਟ ਪਾਈ ਹੁੰਦੀ ਹੈ ਜਾਂ ਕੋਈ ਤੰਬਾਕੂ ਵਗੈਰਾ ਲਾਉਣਾ, ਵੀ ਜੇ ਇਹ ਚੀਜ਼ ਆਪਾਂ ਬਣਾਈ ਹੈ ਬਿਲਕੁਲ, ਤਾਂ ਪ੍ਰੋਪਰ ਬੰਦੇ ਨੂੰ ਆਪਣੀਆਂ ਆਦਤਾਂ ਵੀ ਸੁਧਾਰਨੀਆਂ ਚਾਹੀਦੀਆਂ, ਅਤੇ ਇਹ ਚੀਜ਼ ਗਲਤ ਆ ਵੀ ਜੇ ਆਪਾਂ ਕੋਈ ਬਾਬੇ ਦੀ ਫੋਟੋ ਜਾਂ ਕੋਈ ਹੋਰ ਬਣਾ ਕੇ ਜੀ ਕੋਈ ਤੰਬਾਕੂ ਯੂਜ ਕਰੀਏ ਜਾਂ ਕੋਈ ਨਸ਼ਾ ਕਰੀਏ। ਦੋਸਤੋ, ਗੁਰਪ੍ਰੀਤ ਬਾਰੇ ਮੈਂ ਇੱਕ ਗੱਲ ਪਤਾ ਕੀਤੀ ਸੀ ਕਿ ਗੁਰਪ੍ਰੀਤ ਜਿਹੜਾ ਬੜੀ ਸਮਝ ਸੂਝ ਬੂਝ ਰੱਖਣ ਵਾਲਾ ਖਿਡਾਰੀ ਹੈ, ਨਹੀਂ ਤਾਂ ਕਬੱਡੀ ਖਿਡਾਰੀਆਂ ਦੇ ਸਿਰ 'ਤੇ ਇੱਕ ਲਾਂਭਾ ਹੁੰਦਾ ਹੈ ਕਿ ਕਬੱਡੀ ਖਿਡਾਰੀ ਜਿਹੜੇ ਸੋਚਦੇ ਬਹੁਤ ਘੱਟ ਨੇ। ਗੁਰਪ੍ਰੀਤ ਦੀ ਵਾਕਈ ਸੋਚ ਬੜੀ ਕਮਾਲ ਦੀ ਹੈ। ਗੁਰਪ੍ਰੀਤ ਵੀਰ, ਇੱਕ ਤੁਹਾਡੇ 'ਤੇ ਹੋਰ ਲਾਂਭਾ ਕਿ ਤੁਸੀਂ ਦੌਲੀ ਅਲਕੜਾ ਜਿਹੜਾ ਕਬੱਡੀ ਖਿਡਾਰੀ, ਤੁਹਾਡੇ ਨਾਲ ਬੜੇ ਲੰਬੇ ਸਮੇਂ ਤੋਂ ਇੱਕ ਸਟਾਰ ਖਿਡਾਰੀ ਰਿਹਾ, ਹਾਂਜੀ ਹਾਂਜੀ, ਤੁਸੀਂ ਉਹਦੀ ਸਾਰ ਨਹੀਂ ਲਈ? ਉਹਦਾ ਜੀ ਪਿੱਛੇ ਜੇ ਇੱਕ ਮਤਲਬ ਕਿ ਵੀਡੀਓ ਵੀ ਵਾਇਰਲ ਹੋਈ ਸੀ, ਜਿਹਦੇ ਵਿੱਚ ਇਹੀ ਕਿਹਾ, ਜੇ ਮੇਨ ਮੈਨੂੰ ਕਿਹਾ ਗਿਆ ਸੀਗਾ ਵੀ ਦਿਲੂ ਦੌਲੀ ਤਕੜਾ ਸੀ, ਤਾਂ ਵੀ ਦੌਲੀ ਨੂੰ ਇਹ ਖੜਾਉਂਦੇ ਸੀ ਨਾਲ, ਬਾਅਦ ਦੇ ਵਿੱਚ ਪੁੱਛਿਆ ਨੇ ਜਾਂ ਜੋ ਵੀ, ਅਤੇ ਪਹਿਲਾਂ ਤਾਂ ਇਹ ਜੀ ਵੀ ਦੌਲੀ ਨੂੰ ਤਕੜਾ ਹੀ ਦੌਲੀ ਸਾਡੇ ਕੋਲ ਆ ਕੇ ਹੋਇਆ, ਹੈ ਨਾ, ਆਪਾਂ ਉਹਨੂੰ ਇੱਕ ਤਰ੍ਹਾਂ ਦਾ ਵੀ ਵਧੀਆ ਗਾਈਡ ਕੀਤਾ ਵੀ ਮੈਂ ਕੋਈ ਗੋਡ ਜਾਂ ਕੋਈ ਰੱਬ ਤਾਂ ਹੈ ਨੀਗਾ, ਵੀ ਮੈਂ ਉਹਦੇ ਕੋਲ ਦਿਮਾਗ 'ਚ ਪਾਤਾ, ਆਪਾਂ ਨੂੰ ਦੱਸਿਆ ਵਧੀਆ ਖੁਰਾਕ ਪਾਈ ਕੋਲ ਰੱਖ ਕੇ ਪ੍ਰੈਕਟਿਸ ਕਰਾਈ, ਤਾਂ ਉਹ ਤਕੜਾ ਹੋ ਗਿਆ ਸੀ। ਉਦੋਂ ਬਾਅਦ ਦੇ ਵਿੱਚ ਬੰਦਾ ਉਹ ਆਪਣੀਆਂ ਆਦਤਾਂ ਦੇ ਨਾਲ ਮਾੜਾ ਹੋਇਆ,
ਮੈਂ ਉਹ ਤੋਂ ਬਾਅਦ ਦੇ ਵਿੱਚ ਵੀ ਜਦੋਂ ਕਬੱਡੀ ਤੋਂ ਭੜਕ ਕੇ ਨਸ਼ੇ ਕਰਨ ਲੱਗ ਗਿਆ ਸੀ ਤਾਂ ਉਹ ਬੰਦੇ ਦੀ ਮੈਂ ਦੋ ਤਿੰਨ ਵਾਰ ਹੈਲਪ ਕੀਤੀ, ਆਪਣੇ ਕੋਲ ਰੱਖਿਆ। ਅੱਛਾ। ਅਤੇ ਫਿਰ ਵਧੀਆ ਖੇਡਣ ਲੱਗ ਗਿਆ ਸੀ, ਪਰ ਬਾਅਦ ਦੇ ਵਿੱਚ ਫਿਰ ਇੱਦਾਂ ਹੋ ਜਾਂਦਾ ਉਹ, ਉਹਦੇ 'ਚ ਹੁਣ ਆਪਾਂ ਤਾਂ ਕੀ ਕਰ ਸਕਦੇ ਹਾਂ ਨਾ। ਆਪਾਂ ਨੂੰ ਅੱਜ ਵੀ ਕਿਹਾ ਗਾ ਜੇ ਹੁਣ ਵੀ ਉਹ ਮਤਲਬ ਗੇਮ ਮੇਰੇ ਨਾਲ ਖੇਡਣੀ ਚਾਹੁੰਦਾ ਜਾਂ ਮੇਰੇ ਕੋਲ ਪ੍ਰੈਕਟਿਸ ਕਰਨੀ ਚਾਹੁੰਦਾ ਤਾਂ ਮੇਰੇ ਕੋਲ ਰਹੇ ਪ੍ਰੋਪਰ। ਹੁਣ ਇਹਦੇ ਮੁੰਡੋਂ ਮੁੰਡਾ ਜਸਵੀਰ, ਉਹ ਵਧੀਆ ਦਾ ਫਿੱਟ ਹੋ ਗਿਆ ਮੇਰੇ ਨਾਲ, ਜਸਵੀਰ ਅਲਕੜਾ ਵਧੀਆ ਨੰਬਰ 1 ਜਾਫੀ ਆ ਅਤੇ ਵਧੀਆ ਚੰਗਾ ਖੇਡਿਆ ਗਿਆ, ਵਧੀਆ ਮੈਚ ਮੁਚ ਇੱਦਾਂ ਰਿਹਾ ਇਹਦੇ ਨਾਲ। ਇਹਦਾ ਦੌਲੀਆ ਸੀਨੀਅਰ ਜਸਵੀਰ ਆ, ਜਸਵੀਰ ਨੂੰ 3 ਮਹੀਨੇ ਹੋ ਗਏ ਮੇਰੇ ਕੋਲ ਕੈਂਪ 'ਚ, ਕੋਈ ਇੱਦਾਂ ਦੀ ਗੱਲਬਾਤ ਨਹੀਂ, ਵਧੀਆ ਪ੍ਰੈਕਟਿਸ ਕਰਦਾ। ਇਹੀ ਗੱਲ ਉਹਨੂੰ ਕਹੀ ਸੀ, ਇਹ ਆਉਂਦਾ ਬੰਦਾ ਹਫ਼ਤਾ ਲਾਉਂਦਾ 15 ਦਿਨ ਵੀ ਚਲਾ ਗਿਆ ਜੀ, ਉਹ ਚੀਜ਼ ਨਹੀਂ ਵੀ ਪ੍ਰੋਪਰ ਮੇਰੇ ਕੋਲ ਰਹਿ, ਮੈਨੂੰ ਪਤਾ ਤਾਂ ਲੱਗੇ ਨਾ ਬੰਦਾ ਸੁਧਰ ਗਿਆ ਵੀ ਆਪਾਂ ਥੋੜ੍ਹੀ ਬਹੁਤੀ ਹੈਲਪ ਕਰ ਦਿੰਦੇ ਜਾਂ ਪੈਸੇ ਦੇ ਤੇ ਤਾਂ ਬੰਦਾ ਫਿਰ ਉਹੀ ਕੁਛ ਕਰੀ ਜਾਂਦਾ। ਜੀ ਜੀ। ਜਿਹੜਾ ਤੁਸੀਂ ਕੈਂਪ ਲਾਇਆ ਹੋਇਆ ਉਹਦੇ ਵਿੱਚ ਕਿੰਨੇ ਕੁ ਖਿਡਾਰੀ ਨੇ ਇਸ ਵਕਤ ਤੁਹਾਡੇ ਨਾਲ ਅਤੇ ਕਿਹੜੀ ਕਿਹੜੀ ਮਿਹਨਤ, ਕਿੰਨੀ ਕੁ ਖੁਰਾਕ ਦਾ ਕੀ ਇੰਤਜ਼ਾਮ ਆ ਤੁਹਾਡੇ ਵੱਲੋਂ ਸਾਰਾ ਕੁਛ? ਉਹਦੇ ਪਹਿਲਾਂ ਤਾਂ ਮੇਨ ਮੈਨੂੰ ਇਹ ਸੀਗਾ ਜੀ, ਮੈਂ ਪਿੰਡ ਦੇ ਆਪਦੇ ਮਤਲਬ ਜਦੋਂ ਮੈਂ ਸਟਾਰਟ ਕਰੀ ਨਾ ਗੇਮ, ਮੇਰੇ ਜਿਹੜੇ ਸੀਨੀਅਰ ਸੀ ਜੀ ਉਹ ਛੱਡ ਚੁੱਕੇ ਸੀ। ਅੱਛਾ। ਤਾਂ ਉਹ ਛੱਡਣ ਦੇ ਕਾਰਨ ਵੀ ਮਤਲਬ ਜਦੋਂ ਮੈਂ ਗੇਮ ਤਿਆਰ ਆਪਦੀ ਗੇਮ ਦੇ ਵਿੱਚ ਆਇਆ ਲਾ ਲਓ ਜਾਂ ਵੀ ਮੈਨੂੰ ਬਹੁਤ ਹਾਰਡ ਵਰਕ ਕਰਨਾ ਪਿਆ, ਮੈਨੂੰ ਅੱਗੇ ਨਹੀਂ ਗੋਦੀਂਦਾ ਸੀ ਮੈਨੂੰ ਕੋ ਮੈਂ ਫੋਲੋ ਕਿਹਨੂੰ ਕਰਾਂ ਵੀ ਜਾਂ ਮੈਂ ਕਿਹਦੀ ਗੱਲ ਸੁਣਾ। ਅੱਛਾ। ਅਤੇ ਉਹ ਚੀਜ਼ ਦਾ ਕਰਕੇ ਹੁਣ ਮੈਂ ਜਿਹੜੇ ਮੇਰੇ ਜੂਨੀਅਰ ਹੈ ਉਹਨਾਂ ਨੂੰ ਇਹ ਲੱਗੇ ਵੀ ਸਾਡੇ ਨਾਲ ਕੋਈ ਖੜਾ ਖੜਾ, ਉਸ ਕਰਕੇ ਮੈਂ ਇਕੱਲੇ ਪਿੰਡ ਦੇ ਬੰਦੇ ਰੱਖੇ ਸੀ ਕੈਂਪ 'ਚ। ਬਾਅਦ ਦੇ ਵਿੱਚ ਮੇਰੇ ਪਿੰਡ ਤੋਂ ਮੁੰਡਾ ਜੀਤਾ US ਵਾਲਾ, ਉਹ ਕਹਿੰਦਾ ਵੀ ਚਲੋ ਆਪਾਂ ਤੁਸੀਂ ਥੋੜ੍ਹਾ ਜਿਹਾ ਉੱਪਰ ਕਰ ਲਓ, ਬਾਹਰੋਂ ਵੀ ਰੱਖ ਲਓ ਮੁੰਡੇ, ਆਪਾਂ ਹੈਲਪ ਕਰ ਦਿੰਦੇ ਹਾਂ। ਉਹਨੇ ਭਰਾ ਨੇ ਆਪਾਂ ਨੂੰ 40,000 ਰੁਪਇਆ ਭੇਜਿਆ ਸੀਗਾ। ਅੱਛਾ। ਅਤੇ ਮੇਰੇ ਟੀਮ ਜਿੰਨੀ ਜਗਸੀਰ ਆ ਗਏ ਸੋਨੀ ਜਿਹੜੇ ਮੇਰੇ ਨਾਲ ਖੇਡਦੇ ਸੀ, ਉਹ ਮੁੰਡੇ ਸਾਰੇ ਕੈਨੇਡਾ ਚਲੇ ਗਏ, ਉਹਨਾਂ ਨੇ 25,000 ਉਹਨਾਂ ਨੇ ਭੇਜਿਆ ਇੱਕ ਵਾਰ ਜੀ, 20,000 ਤੋਂ ਬਾਅਦ 'ਚ ਹੁਣ ਪਿੱਛੇ ਫੇਰ ਪਾਇਆ, ਯਾਨੀ ਕਿ 45-50,000 ਦੇ ਨੇੜੇ ਉਹਨਾਂ ਨੇ ਭੇਜਤਾ। ਅਤੇ ਫਿਰ ਅਸੀਂ ਮੁੰਡਾ ਸਹਿਣੇ ਤੋਂ ਸੀਗਾ ਕੱਦੀ, ਉਹ ਮੇਰੇ ਕੋਲ ਇੱਥੇ ਲਾਉਂਦਾ ਗੇਮ ਜੀ, ਅਤੇ ਜਸਵੀਰ ਅਲਕੜਾ, ਦੋ ਮੁੰਡੇ ਭਦੌੜ ਤੋਂ ਆ ਗਏ, ਅਤੇ ਕਾਕਾ ਨਗਲੇ ਤੋਂ ਮੁੰਡਾ ਇੱਕ, ਉਹਦੇ ਪੇਂਡੂ ਆ ਮੁੰਡਾ ਹੋਰ ਨਗਲੇ ਤੋਂ ਜੀ, ਯਾਨੀ ਕਿ ਕੁੱਲ ਮਿਲਾ ਕੇ ਸੀਗੇ 20-22 ਪਲੇਅਰ ਗਹਿਲਾਂ ਤੋਂ ਸੀਗੇ ਕੁਛ ਮੁੰਡੇ। ਅੱਛਾ ਅੱਛਾ ਅੱਛਾ। ਅਤੇ ਉਹਦਾ ਫਿਰ ਸ਼ਡਿਊਲ ਬਣਿਆ ਜੀ, ਬਸ ਜਿੱਦਾਂ ਪ੍ਰੈਕਟਿਸ ਕਰਦੇ ਆ ਸੁਬਾਹ, ਰਨਿੰਗ ਵਗੈਰਾ ਕਰ ਲਈ ਜਾਂ ਗੇਮ ਲਾ ਲਈ ਜੀ, ਉਹ ਚੱਲੀ ਨੇ ਫਿਰ। ਕਹਿੰਦੇ ਨੇ ਜਿਹੜੇ ਤੁਸੀਂ ਪ੍ਰਾਈਜ਼ ਜਿੱਤਦੇ ਹੋ ਜਿੱਥੇ ਕਿਤੇ ਵੀ ਤੁਹਾਡੀ ਟੀਮ ਦਾ ਜੰਗੀਆਣੇ ਦਾ ਨੰਬਰ ਪੈਂਦਾ, ਗੁਰਪ੍ਰੀਤ ਜਿਹੜੀ ਟੀਮ 'ਚ ਖੇਡਦਾ, ਉਹ ਪੈਸੇ ਵੰਡੇ ਨਹੀਂ ਜਾਂਦੇ, ਤੁਸੀਂ ਆਪਣੇ ਉਹਨਾਂ ਪੈਸਿਆਂ 'ਚੋਂ ਜ਼ਿਆਦਾਤਰ ਸਮਾਜ ਸੇਵਾ ਦੇ ਕੰਮਾਂ 'ਚ ਪੈਸੇ ਲਾ ਦਿੰਦੇ ਹੋ ਜਾਂ ਖਿਡਾਰੀਆਂ 'ਤੇ ਲਾ ਦਿੰਦੇ ਹੋ ਜਾਂ ਹੋਰ ਲੜਕੀਆਂ ਦੇ ਵਿਆਹਾਂ 'ਤੇ ਲਾ ਦਿੰਦੇ ਹੋ, ਕਿੰਨੀ ਕੁ ਸੱਚਾਈ ਆ? ਮੇਰਾ ਨਾ ਜੀ ਮਤਲਬ ਜਿੱਦਾਂ ਆਪਣਾ ਹੁਣ ਦੌਰ ਚੱਲਦਾ ਵੀ ਜਿੱਦਾਂ ਆਪਾਂ ਖੇਡਦੇ ਹਾਂ, ਖੇਡਣ ਦੇ ਬਾਵਜੂਦ ਪਲੇਅਰ ਨੂੰ ਜੋ ਪਾਰਟੀਸਪੇਟ ਮਿਲਦਾ 15,000 ਜਾਂ 10,000 ਜਾਂ 20,000, ਬਿਲਕੁਲ ਉਹ ਤਾਂ ਮਿਲਦਾ ਹੀ ਮਿਲਦਾ। ਉਦੋਂ ਬਾਅਦ 'ਚ ਪਲੇਅਰ ਕਹਿੰਦੇ ਆ ਜਾਂ ਕੋਈ ਉਹਨਾਂ ਦਾ ਕੋਈ ਨਾਲ ਬੰਦਾ ਇਹ ਕਹਿੰਦਾ ਵੀ ਬੰਦੇ ਦਾ ਸਨਮਾਨਿਤ ਕਰੋ ਵੀ 10,000 ਨਾਲ, ਬਿਲਕੁਲ, ਜਾਂ 5,000 ਨਾਲ ਵੀ ਫੇਰ ਆਊਗਾ ਇਹ। ਅਤੇ ਮੈਂ ਪਹਿਲਾਂ ਇੱਦਾਂ ਨਹੀਂ ਕਰਦਾ ਜੀ, ਪਰ ਹੁਣ ਮੈਂ ਕਹਿ ਦੇਣਾ ਹੁੰਦਾ ਵੀ ਮੇਰਾ ਵੀ ਸਨਮਾਨ ਕਰੋ ਮੈਂ ਆਊਂਗਾ, ਅਤੇ ਮੈਂ ਉਹ ਮਤਲਬ ਇਹ ਮੈਨੂੰ ਇਹ ਹੁੰਦਾ ਵੀ ਜਿੱਦਾਂ ਮੇਰਾ ਕੋਈ ਸਨਮਾਨ ਹੋ ਗਿਆ ਤਾਂ ਕੋਈ ਲੋੜਵੰਦ ਦੀ ਕਿਹਦੀ ਹੈਲਪ ਕਰ ਦੇਣੀ। ਗੁਰਪ੍ਰੀਤ ਬਾਈ, ਇੱਕ ਗੱਲ ਕਬੱਡੀ ਵਾਲਿਆਂ ਦੇ ਸਿਰ 'ਤੇ ਹੋਰ ਬੜਾ ਵੱਡਾ ਲਾਂਭਾ ਆਪਾਂ ਵੇਖਦੇ ਹਾਂ ਕਿ ਕਬੱਡੀ ਬੇਸ਼ੱਕ ਅੱਜ ਪੈਸਿਆਂ 'ਚ ਬਹੁਤ ਖੇਡਦੀ ਆ, ਖਿਡਾਰੀਆਂ ਨੂੰ ਚੰਗਾ ਪੈਸਾ ਬਣਦਾ, ਪਰ ਨਾਲ ਦੀ ਨਾਲ ਕਬੱਡੀ ਵਾਲਿਆਂ ਦੇ ਚਿੱਟੇ ਦਾ ਇਲਜ਼ਾਮ ਬੜਾ ਹੁੰਦਾ ਹੈ, ਕਿੰਨੀ ਕੁ ਸੱਚਾਈ ਹੈ ਇਹ? ਕਬੱਡੀ 'ਚ ਕਿੰਨਾ ਕੁ ਚਿੱਟਾ, ਕਿੰਨੇ ਕੁ ਖਿਡਾਰੀ ਇਸ ਚੀਜ਼ ਨੇ ਨੁਕਸਾਨੇ ਨੇ, ਕੀ ਲੱਗਦਾ ਤੁਹਾਨੂੰ ਇਹਦੇ 'ਚ? ਆਇਆ ਟੂ ਵੀਰੇ, ਮਤਲਬ ਜੇ ਕੋਈ ਚਿੱਟਾ ਪੀਂਦਾ ਵੀ ਆ ਤਾਂ ਪਹਿਲਾਂ ਤੂੰ ਸਾਰੇ ਪਲੇਅਰ ਨਹੀਂ ਪੀਂਦੇ, ਜੇ ਇੱਕ ਪੀਂਦਾ ਤਾਂ ਸਾਰੇ ਵੱਜਦੇ ਆ, ਕਿਉਂਕਿ ਸਾਰਿਆਂ ਨੂੰ ਇਹ ਕਹਿਣਾ ਗਾ ਵੀ ਸਾਰੇ ਹੀ ਪੀਂਦੇ ਹੋਣਗੇ। ਪਰ ਜੇ ਵੈਸੇ ਆਪਾਂ ਦੇਖਦੇ ਹਾਂ ਵੀ ਕਬੱਡੀ ਦਾ ਅਤੇ ਚਿੱਟੇ ਦਾ ਮੇਲ ਕੋਈ ਨਹੀਂ, ਹੁਣ ਜਿੱਦਾਂ ਕਬੱਡੀ ਖੇਡਦੇ ਆ ਬੰਦਾ 30 ਸੈਕਿੰਡ ਦੀ ਕਬੱਡੀ ਆ, 30 ਸੈਕਿੰਡ ਦੀ ਕਬੱਡੀ ਦੇ ਵਿੱਚ ਰੇਡ ਪਾਉਂਦਾ, 4 ਬੰਦੇ ਨੂੰ ਫੋਲੋ ਕਰਦਾ ਵੀ ਅੱਧਾ ਐਕਟੀਵਿਟੀ ਰੱਖਦਾ ਗਰਾਊਂਡ ਦੇ ਵਿੱਚ ਵੀ ਮੈਂ ਕੋਈ ਗਲਤੀ ਨਾ ਕਰ ਜਾਂ। ਬਿਲਕੁਲ। ਜੇ ਉਹ ਬੰਦਾ 2 ਸੈਕਿੰਡ ਵੀ ਇੱਧਰ ਉੱਧਰ ਜਾਂਦਾ, ਚਾਂਸ ਜਾਫੀ ਨੂੰ ਮਿਲ ਜਾਂਦਾ ਕਿ ਵੀ ਮੈਂ ਇਹਨੂੰ ਸਟੋਪ ਕਰ ਲਾਂ, ਅਤੇ ਚਿੱਟਾ ਪੀ ਕੇ ਮੈਂ ਤਾਂ ਕਹਿੰਦਾ ਨਹੀਂ ਬੰਦੇ ਦਾ ਦਿਮਾਗ ਗਰਾਊਂਡ ਦੇ ਵਿੱਚ ਰਹਿੰਦਾ, ਉਹ ਕੋਈ ਵੀ ਨਸ਼ਾ ਆਪਾਂ ਕਰਦੇ ਹਾਂ ਦਿਮਾਗ ਨੂੰ ਖੋਂਦਾ ਉਹ, ਨਾ ਕਿ ਜ਼ਿਆਦਾ ਐਕਟਿਵ ਹੋਵੇ ਬੰਦਾ। ਬਿਲਕੁਲ। ਅਤੇ ਜੇ ਹੁਣ ਚਿੱਟਾ ਹੀ ਪੀਤਾ ਹੋਊ ਬੰਦੇ ਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਗਰਾਊਂਡ ਦੇ ਵਿੱਚ ਐਕਟੀਵਿਟੀ ਆਪਦੀ ਪੂਰੀ ਦੇਊ, ਅਤੇ
ਉਹਦੇ ਬਾਵਜੂਦ ਹੋਣ ਦੇ ਬਾਵਜੂਦ ਵੀ ਪਲੇਅਰ ਵਿੱਚ ਜਿਹੜੇ ਕਹਿੰਦੇ ਚਿੱਟਾ ਪੀਂਦੇ ਆ, ਚਿੱਟਾ ਪੀਂਦੇ ਆ, ਉਹਨਾਂ ਕੋਲ ਮੈਚ ਖੇਡਦੇ ਆ, ਚਾਰ ਪੈਸੇ ਆ ਜਾਂਦੇ ਵਧੀਆ, ਉਹਦੀਆਂ ਗਲਤ ਆਦਤਾਂ ਪਾਲ ਲੈਂਦੇ ਆ, ਗਲਤ ਆਦਤਾਂ ਪਾਉਣ ਪਾਲ ਕੇ ਬਾਅਦ ਦੇ ਵਿੱਚ ਚਿੱਟਾ ਪੀਂਦੇ ਆ, ਚਿੱਟਾ ਪੀ ਕੇ ਬਾਅਦ 'ਚ ਉਹਨਾਂ ਨੂੰ ਗਰਾਊਂਡ 'ਚ ਵੀ ਜਾਣਾ ਪੈਂਦਾ, ਕਿਉਂਕਿ ਜਦੋਂ ਪਹਿਲਾਂ ਉਹਨਾਂ ਨੇ ਇੱਦਾਂ ਦਾ ਸ਼ੌਂਕ ਪਾਲ ਲਿਆ ਜਾਂ ਕੋਈ ਗਲਤ ਆਦਤ ਲਾ ਲਓ, ਗਲਤ ਹਰਕਤਾਂ ਕਰਦੇ ਆ ਪੀ ਕੇ, ਫਿਰ ਉਹ ਆਦੀ ਹੋਏ ਹੁੰਦੇ ਚਿੱਟੇ ਦੇ, ਚਿੱਟੇ ਦੇ ਆਦੀ ਹੋਣ ਦੇ ਬਾਵਜੂਦ ਬਾਅਦ ਦੇ ਵਿੱਚ ਉਹ ਵੱਜਣਾ ਪਲੇਅਰ ਹੈ ਵੀ ਪਲੇਅਰ ਚਿੱਟਾ ਪੀਂਦਾ ਹੈਗਾ, ਉਹ ਅਸਰ ਪੈਣਾ ਸਾਰਿਆਂ 'ਤੇ। ਬਿਲਕੁਲ। ਸੋ ਦੋਸਤੋ, ਬਾਈ ਦੇ ਇਸ ਵਕਤ ਅਸੀਂ ਪੁਰਾਣੇ ਘਰ ਦੇ ਵਿੱਚ ਬੈਠੇ ਗੱਲਾਂ ਬਾਤਾਂ ਕਰ ਰਹੇ ਹਾਂ, ਜਿਸ ਤਰ੍ਹਾਂ ਗੁਰਪ੍ਰੀਤ ਨੇ ਦੱਸਿਆ ਕਿ ਇਹਨਾਂ ਦੀ ਰਿਹਾਇਸ਼ ਜਿਹੜੀ ਹੁਣ ਦੂਸਰੇ ਪਾਸੇ ਆ, ਪਰ ਇਹ ਇਹਨਾਂ ਦਾ ਪੁਰਾਣਾ ਮਕਾਨ ਹੈ ਜਿੱਥੇ ਬਹਿ ਕੇ ਅੱਜ ਅਸੀਂ newsnumber.com 'ਤੇ ਬਾਈ ਹੁਣਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਗੁਰਪ੍ਰੀਤ, ਇੱਕ ਗੱਲ ਹੋਰ ਜਿਹੜੀ ਆਮ ਆਪਾਂ ਵੇਖੀ ਜਾਂਦੀ ਹੈ ਕਿ ਕੋਚਾਂ ਦੇ ਸਿਰ ਖਾਸ ਕਰਕੇ ਇੱਕ ਲਾਂਭਾ ਆ ਜਾਂਦਾ ਹੈ ਕਿ ਕੋਚ ਵੀ ਕਿਤੇ ਨਾ ਕਿਤੇ ਕਬੱਡੀ ਦੇ ਖਿਡਾਰੀਆਂ ਦਾ ਹੱਕ ਮਾਰਦੇ ਆ ਰਹੇ ਨੇ, ਜਾਂ ਤਾਂ ਖਿਡਾਰੀ ਜਾਗਰੂਕ ਨਹੀਂ ਹੈਗੇ, ਜਾਂ ਸਾਡੇ ਕੋਚ ਲਾਲਚੀ ਨੇ, ਜਾਂ ਸਾਡੇ ਕੋਚਾਂ ਦਾ ਕੋਈ ਕੋਚਾਂ ਦਾ ਕੋਈ ਵੱਡਾ ਸਵਾਰਥ ਛੁਪਿਆ ਹੁੰਦਾ, ਹੁੰਦਾ ਅਜਿਹਾ ਜਾਂ ਕਿਉਂ ਹੁੰਦਾ? ਇਹਦਾ ਹੈਗਾ ਵੀ ਇਹ ਸਾਰਾ ਕੁਛ ਜਿੱਦਾਂ ਪਲੇਅਰਾਂ ਨੂੰ ਕਹਿੰਦੇ ਨੇ ਸਾਰੇ ਪਲੇਅਰ ਨਹੀਂ ਬਰਾਬਰ ਅਤੇ ਸਾਰੇ ਕੋਚ ਵੀ ਇੱਕ ਨਹੀਂ, ਹੈ ਨਾ ਜੀ। ਇਹਦਾ ਮੇਨ ਇਹ ਪੈਂਦਾ ਜਿਹੜੇ ਬਾਹਰ ਸਪੌਂਸਰ ਆ ਗਏ, ਜੇ ਉਹ ਬੰਦੇ ਸਿੱਧਾ ਪਲੇਅਰ ਨਾਲ ਜੁੜਨ ਤਾਂ ਇਹ ਕੰਮ ਹੋਣੀ ਨਾ। ਹੁਣ ਤਾਂ ਤਕਰੀਬਨ ਬਹੁਤ ਫਰਕ ਪੈ ਗਿਆ ਇਸ ਚੀਜ਼ ਦਾ, ਵੀ ਸਿੱਧਾ ਬੰਦਾ ਕਾਲ ਕਰ ਲੈਂਦਾ ਵੀ ਮੈਂ ਭਾਈ ਤੈਨੂੰ ਸਾਈਨ ਕਰਨਾ, ਮੈਂ ਤੈਨੂੰ ਖਿਡਾਉਣਾ ਗਾ, ਅਤੇ ਨਹੀਂ ਪਹਿਲਾਂ ਇਹ ਹੁੰਦਾ ਸੀ ਵੀ ਕੋਚ ਦਾ ਵੀ ਕੋਚ ਦੇ ਥਰੂ ਪਲੇਅਰ ਗੱਲ ਕਰਦਾ ਜੀ ਜੀ, ਤਾਂ ਕੋਚ ਵਿੱਚੋਂ ਆਪਦਾ ਜਾਂ ਤਾਂ ਉਹਨੂੰ ਕਹਿ ਕੇ ਲਾ ਲਓ ਹਿੱਸਾ ਰੱਖਦੇ ਸੀ, ਅਤੇ ਜਾਂ ਪਲੇਅਰ ਨੂੰ ਪਤਾ ਹੀ ਨਹੀਂ ਮੇਰੀ ਮੂਹਰੇ ਕਿੰਨੇ ਪੈਚ ਗੱਲ ਹੋਈ ਹੈ ਜਾਂ ਕਿੰਨੀ ਹੋਈ ਆ, ਬਹੁਤ ਪੜ੍ਹਦੇ ਰਹੇ। ਹਾਂਜੀ ਹਾਂਜੀ, ਬਹੁਤ ਪੜ੍ਹਦੇ ਰਹਿੰਦੇ ਆ, ਪਰ ਵੈਸੇ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਇਹ ਚੀਜ਼ ਦਾ। ਪਹਿਲਾਂ ਇਹ ਵੀ ਸੀ ਵੀ ਜਿਹੜਾ ਪਲੇਅਰ ਖਿਡਾਉਣਾ ਇਹ 10 ਸਾਲ ਦੇ ਸਾਈਨ ਲੈ ਲਓ, ਹੁਣ ਵੈਸੇ ਤਕਰੀਬਨ ਰੂਲ ਹੀ ਹੈਗਾ ਵੀ ਸਾਲ ਤੋਂ ਵੱਧ ਆਪਾਂ ਖੜਾ ਨਹੀਂ ਸਕਦੇ ਕਿ ਇਹਨੂੰ, ਉਹਦੀ ਅਗਲੇ ਸਾਲ ਉਹਦੀ ਮਰਜ਼ੀ ਆ, ਜਾਂ ਇਹ ਹੋਵੇ ਵੀ ਆਪਾਂ ਨੂੰ ਕੁਝ ਦਿੱਤਾ ਗਾ ਜੀ, ਜਾਂ ਗੱਡੀ ਮੋਟਰਸਾਈਕਲ ਦਿੱਤੀ ਆ, ਜਾਂ ਗੱਡੀ ਦਿੱਤੀ ਜਾਂ ਮੋਟਰਸਾਈਕਲ ਦੇ ਦਿੱਤਾ, ਬਾਅਦ ਦੇ ਵਿੱਚ ਆਪਾਂ ਤੋਂ ਸਾਈਨ ਕਰਾਉਣੇ ਵੀ ਮੈਂ 2 ਸਾਲਾਂ ਵਾਸਤੇ ਦਿੰਦਾ ਤੈਨੂੰ, ਉਹ ਚੀਜ਼ ਤਾਂ ਬਣੀ ਹੈ। ਪਹਿਲਾਂ ਐਵੇਂ 10 ਸਾਲ ਦੇ ਸਾਈਨ ਲਈ ਜਾਣੇ, ਕੁਛ ਕੁ ਪਲੇਅਰਾਂ ਨਾਲ ਤਾਂ ਇਹ ਵੀ ਹੋਇਆ ਵਾ ਉਹ ਤੋਂ ਕੋਰੇ ਕਾਗਜ਼ 'ਤੇ, ਪਲੇਅਰ ਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੁੰਦੀ, ਅੱਛਾ ਸਾਈਨ ਲਏ ਵੀ ਉਹਦੇ ਪੇਪਰ 'ਤੇ, ਅਤੇ ਜਦੋਂ ਉਹ ਬੰਦਾ ਕਹਿੰਦਾ ਗਾ ਵੀ ਮੈਂ ਕਿਸੇ ਪਾਸੇ ਹੋਰ ਖੇਡਣਾ, ਤਾਂ ਬਾਅਦ 'ਚ ਤਰੀਕ ਵੀ ਉਹ ਤੋਂ ਬਾਅਦ 'ਚ ਪਾਈ ਜਾਂਦੀ ਵੀ ਤੇਰੇ ਇੰਨੇ ਸਾਈਨ ਪਏ ਆ, ਉਹਨੂੰ ਵਧਾ ਲਿਆ ਜਾਂਦਾ, ਵਧਾ ਲਿਆ ਜਾਂਦਾ ਜੀ, ਇਹੋ ਜਿਹੀ ਵੀ ਹੋਈਆਂ ਮੈਂ ਪਲੇਅਰਾਂ। ਇੱਕ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਹੋਰ ਬੜਾ ਵੱਡਾ ਭਰਮ ਹੈ ਕਿ ਸਮਾਨ ਕਰਕੇ ਖੇਡਣਾ, ਇਹ ਸਮਾਨ ਕੀ ਆ, ਕੀ ਸ਼ੈ ਦਾ ਨਾਂ ਇਹ, ਕਬੱਡੀ 'ਚ ਬੜੀ ਪ੍ਰਚਲਿਤ ਹੋਈ ਹੈ ਸਮਾਨ ਜੀ, ਮਤਲਬ ਜਿੱਦਾਂ ਕੋਈ ਫੂਡ ਸਪਲੀਮੈਂਟ ਆ ਵੇਚਦਾ ਸਮਾਨ ਉਹਨੂੰ ਵੀ ਕਹੀ ਜਾਂਦੇ, ਵੈਸੇ ਲੋਕ ਸਟੀਰਡ ਨੂੰ ਸਮਾਨ ਕਹਿ ਜਾਂਦੇ ਵੀ ਸਟੀਰਡ ਕਰਨਾ, ਮਤਲਬ ਕਹਿੰਦੇ ਸਮਾਨ ਕਰਨਾ ਜਾਣ, ਉਹਦਾ ਆਮ ਲੋਕਾਂ ਨੂੰ ਇਹ ਆ, ਹਰ ਕੋਈ ਬੰਦਾ ਕਹਿੰਦਾ ਜੀ ਇਹ ਤਾਂ ਜੇ ਕੋਈ ਥਾਪੀ ਮਾਰ ਕੇ ਰੇਡ ਪਾਉਂਦਾ ਜਾਂ ਕੋਈ ਜੱਫਾ ਲਾਉਂਦਾ ਇਹ ਤਾਂ ਜੀ ਡੱਕਿਆ ਉਹ ਸਮਾਨ ਦੇਣੇ, ਸਮਾਨ ਕਰ ਲਏ। ਬਿਲਕੁਲ ਠੀਕ ਹੈ ਜੀ, ਹੁਣ ਤੁਸੀਂ ਮੈਨੂੰ ਇਹ ਦੇਖੋ ਵੀ ਤੁਹਾਡਾ ਕੰਮ ਮੈਂ ਕਿਵੇਂ ਕਰ ਲੂੰ, ਹੁਣ ਤੁਸੀਂ ਆਪਦਾ ਚੈਨਲ ਚਲਾਉਂਦੇ ਹੋ ਜਾਂ ਮੈਨੂੰ ਤਾਂ ਇਹ ਚੀਜ਼ ਦੀ ਕੋਈ ਨੌਲੇਜ ਨਹੀਂ ਜੀ ਜੀ, ਜੇ ਹੁਣ ਤੁਹਾਨੂੰ ਮੈਂ ਲਿਆ ਕਿ ਥਾਬਾ ਟੀਕਾ ਦੇ ਲੈਂਦਾ ਕੀ ਤੁਸੀਂ ਕਬੱਡੀ ਖੇਡ ਲਓਗੇ, ਨਹੀਂ ਖੇਡੀ ਜਾਂਦੀ, ਮਤਲਬ ਜਿਹੜੀ ਪ੍ਰੈਕਟਿਸ ਅਸੀਂ ਕਰਦੇ ਹਾਂ ਉਹ ਮਾਘ 'ਚ ਸਾਰੇ ਸੁੱਤੇ ਪਏ ਹੁੰਦੇ ਆ, ਰਜਾਈ ਲੈ ਉਹਨੂੰ ਮੂੰਹ ਤੋਂ ਲੈ ਜੇ ਨਾ ਠੰਡ ਲੱਗਦੀ ਹੈ, ਅਤੇ ਅਸੀਂ ਉਦੋਂ ਟਰੈਕ 'ਤੇ ਹੁੰਦੇ ਹਾਂ, ਸਾਡੀ ਉਹ ਚੀਜ਼ ਨਹੀਂ ਦਿਖਦਾ ਕੋਈ ਜੀ, ਮਤਲਬ ਸਮਾਨ ਕਹਿ ਦੇਣਾ ਸੌਖਾ ਵੀ ਇਹਨੇ ਟੀਕੇ ਲਾ ਲਏ, ਪਰ ਟੀਕੇ ਲਾ ਕੇ ਵੀ ਤਾਂ ਮਿਹਨਤ ਕਰਨੀ ਪੂਰਾ, ਮੰਨ ਕੇ ਚਲੋ ਲਾ ਲਏ ਚਲੋ ਉਹਦੇ ਪਿੱਛੇ ਆ, ਬਾਕੀ ਜੇ ਕੋਈ ਹੈਗਾ ਚੀਜ਼ ਬਣੀ ਹੈ ਤਾਂ ਮਤਲਬ ਕਿਸੇ ਬੰਦੇ ਨੂੰ ਕੋਈ ਇੰਜਰੀ ਹੋ ਜਾਂਦੀ ਆ ਉੱਥੇ ਇਹ ਚੀਜ਼ ਦੀ ਲੋੜ ਪੈਂਦੀ, ਇਹ ਨਹੀਂ ਵੀ ਮੈਂ ਕਹਿੰਦਾ ਵੀ ਚੱਕ ਲਓ ਟੀਕੇ 'ਤੇ ਲਾ ਲਓ, ਵੀ ਉਹ ਚੀਜ਼ ਨੂੰ ਉਹਦੀ ਰਿਕਵਰੀ ਕਰਨ ਦੀ ਖਾਤਰ ਥੋੜ੍ਹਾ ਬਹੁਤ ਇਹ ਚੀਜ਼ ਦਾ ਲੈਣਾ ਪੈਂਦਾ। ਕਬੱਡੀ ਕੀ ਆ, ਕਬੱਡੀ ਨੂੰ ਜੇ ਕੋਈ ਨਿੰਦਾ ਜੀ ਉਹ ਬੰਦਾ ਵੀ ਹਿੱਟ ਹੈ, ਜੇ ਕੋਈ ਕਬੱਡੀ ਦੀ ਸਪੋਰਟ ਕਰਦਾ ਉਹ ਵੀ ਹਿੱਟ ਹੈ, ਲੋਕਾਂ ਨੂੰ ਬਸ ਜਿਹਨੇ ਬੰਦੇ ਨੂੰ ਉੱਪਰ ਆਉਣਾ ਮਾੜਾ ਜਾ, ਕਬੱਡੀ ਵਾਲੇ ਨੂੰ ਜਾਂ ਤਾਂ ਗਾਲਾਂ ਕੱਢ ਦਿਓ ਜਾਂ ਕਬੱਡੀ ਨੂੰ ਸਲਾਹ ਦਿਓ, ਅਤੇ ਸਟੀਰਡ ਹੈ ਕਿਹੜੀ ਗੇਮ 'ਚ ਨਹੀਂ ਗਾ, ਅਥਲੀਟ ਨਹੀਂ ਬੈਨ ਹੋਏ ਜਾਂ ਕੌਣ, ਜਿੰਨੀਆਂ ਵੀ ਗੇਮਾਂ ਗੀਆਂ ਕ੍ਰਿਕਟਾਂ ਦੇ ਹੋਏ ਸੀਗੇ ਇਹਨਾਂ ਦਾ ਵੀ ਰੌਲਾ ਪਿਆ ਸੀ, ਤਾਂ ਹੁਣ ਆਪਣੇ ਮੰਤਰੀਆਂ ਦੀ ਪਿਆ ਫਿਰਦਾ ਸੀਗਾ ਬਾਹਲੀ ਦੂਰ ਤਾਂ ਜਾਣ ਦੀ ਲੋੜ ਹੀ, ਬਿਲਕੁਲ ਉਹ ਵੀ ਭੱਜੇ ਫਿਰਦੇ ਸੀ, ਅਤੇ ਹੈ ਕਿੱਥੇ ਨਹੀਂ ਨਸ਼ਾ ਜਾਂ ਕੀ ਨਹੀਂ ਗਾ, ਪਰ ਕਿਸੇ ਚੀਜ਼ ਦੀ ਵੀ ਲਿਮਟ ਆ, ਹੁਣ ਜੇ ਕੋਈ ਸ਼ਰਾਬ ਹੀ ਪੀਂਦਾ, ਸ਼ਰਾਬ ਜੇ 2 ਪੈਗ ਲਾਉਂਗੇ ਤਾਂ ਦਵਾਈ ਆ, ਆਮ ਹੀ ਕਹਿ ਦਿੰਦੇ ਆਪਾਂ, ਜੇ ਬੋਤਲ ਪੀਊਗਾ ਤਾਂ ਨਸ਼ਾ,
ਇਹ ਪਰ ਇਹ ਵੀ ਗੁਰਪ੍ਰੀਤ ਕਹਿੰਦੇ ਆ ਨਾ ਕਿ ਅੱਜ ਕੱਲ੍ਹ ਜਿਹੜੇ ਖਿਡਾਰੀ ਖੇਡਦੇ ਇੱਕ ਜਾਂ ਦੋ ਸੀਜ਼ਨ ਜ਼ਿਆਦਾ ਸਾਹਮਣੇ ਹੁੰਦੇ ਆ, ਮੁੜ ਕੇ ਉਹ ਅਲੋਪ ਹੀ ਹੋ ਜਾਂਦੇ ਆ। ਉਹ ਪ੍ਰੈਕਟਿਸ ਕਰਕੇ ਨਹੀਂ ਨਾ ਉੱਪਰ ਆਇਆ, ਉਹਨੇ ਫਿਰ ਸਿੱਧਾ ਸਟੀਰਡ ਲੈ ਲਿਆ ਜਾਂ ਕੋਈ ਨਸ਼ਾ ਲੈ ਲਿਆ ਕਹਿ ਸਕਦੇ ਹਾਂ। ਜਿਹੜੇ ਬੰਦੇ ਨੇ ਮਿਹਨਤ ਕਰਕੇ ਉੱਪਰ ਆਇਆ, ਬਕਾਇਦਾ ਕੋਚ ਤੋਂ ਪ੍ਰੈਕਟਿਸ ਕਰੀ ਹੈ ਜੀ, ਉਹ ਬੰਦਾ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਬੰਦੇ ਨੇ ਸਿੱਖੀ ਨਹੀਂ ਉਹ ਸੱਟ ਵੱਧ ਖਾਊ, ਬਿਲਕੁਲ ਨਾਲੇ ਸੱਟ ਮਾਰੂ। ਜਿਹੜੀਆਂ ਹੁਣ ਸੱਟਾਂ ਲੈਂਦੀਆਂ ਜ਼ਿਆਦਾ ਕਾਰਨ ਇਹ ਹੈ, ਬੰਦੇ ਜਿੰਮ ਜੁੰਮ ਲਾ ਲੈਂਦੇ ਆ, ਪਾਵਰ ਵਾਲਾ ਸਮਾਨ ਲਾ ਲਓ ਜਾਂ ਜਦ ਤੁਸੀਂ ਕਹਿੰਦੇ ਆ ਸਮਾਨ ਕਹਿ ਦਿੰਦੇ ਆ ਉਹ ਲੈ ਲਿਆ ਅਤੇ ਬਾਅਦ 'ਚ ਧੱਕੇ ਮਾਰੀ ਜਾਂਦੇ ਜਾਂ ਤੁਹਾਨੂੰ ਅੱਗੇ ਕਬੱਡੀ ਆਉਂਦੀ ਨਹੀਂ। ਹੁਣ ਤਕਰੀਬਨ ਹੀ ਬੰਦੇ ਜਿੰਮ ਨਾਲ ਜੁੜੇ ਹੋਏ ਬਾਅਦ 'ਚ ਕਬੱਡੀ ਖੇਡਣ ਤੁਰੇ। ਇਹ ਬਹੁਤ ਰੁਝਾਨ ਆ ਅੱਜ ਕੱਲ੍ਹ, ਜਾਂ ਤਾਂ ਪਹਿਲਾਂ ਜਿੰਮ ਦੇ ਵਿੱਚ ਲੱਗਦੇ ਆ, ਹਾਂਜੀ, ਉਸ ਤੋਂ ਬਾਅਦ ਗਰਾਊਂਡ 'ਚ, ਉਹ ਤੋਂ ਬਾਅਦ ਗਰਾਊਂਡ 'ਚ ਆ ਜਾਂਦੇ ਆ, ਕਿਉਂਕਿ ਗਰਾਊਂਡ ਦੇ ਵਿੱਚ ਪਤਾ ਨਾ ਉਹਨਾਂ ਨੂੰ ਬੰਦਾ ਹਾਈਲਾਈਟ ਬਹੁਤ ਹੋ ਜਾਂਦਾ, ਜਿਹੜੇ ਹੋਣਾ ਤਾਂ ਉਸ ਬੰਦੇ ਨੇ ਜਿਹਨੇ ਮਿਹਨਤ ਕਰੀ ਹੈ, ਜਿਹਨੇ ਬਕਾਇਦਾ ਕੋਚ ਤੋਂ ਇਹ ਚੀਜ਼ ਸਿੱਖੀ ਹੈ। ਹੌਲੀ ਹੌਲੀ ਸਟੈਪ ਬਾਏ ਸਟੈਪ ਬੰਦਾ ਉੱਪਰ ਆਉਂਦਾ ਨਾ, ਜਿਹੜਾ ਇੱਕਦਮ ਉੱਪਰ ਆਊ ਤਾਂ ਥੱਲੇ ਵੀ ਉੱਦਾਂ ਹੀ ਜਾਂਦਾ। ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਖਿਡਾਰੀਆਂ ਤੱਕ ਇਹ ਸਾਰਾ ਸਟੇਰਡ ਵਗੈਰਾ ਜਾਂ ਹੋਰ ਸਮਾਨ ਜੋ ਵੀ ਸਟੇਰੋਇਡ ਹੋ ਗਿਆ ਜਾਂ ਪਾਊਡਰ ਜਿੰਨੇ ਵੀ ਨੇ, ਪ੍ਰੋਟੀਨ ਜਿਹਨੂੰ ਕਹਿੰਦੇ ਆ, ਕਾਰਬੋ ਕਹਿੰਦੇ ਆ, ਇਹ ਸਾਰੀਆਂ ਚੀਜ਼ਾਂ ਮੁਹੱਈਆ ਕਰਾਉਣ ਵਾਲੇ ਘਰ ਘਰ ਪਹੁੰਚਾਉਣ ਵਾਲੇ ਵੀ ਬੜੇ ਅਖੌਤੀ ਕੋਚ ਵੀ ਪੈਦਾ ਹੋਏ, ਬਹੁਤ ਕੁਛ ਬੈਠੇ ਜੀ ਵਿੱਚ। ਇਹ ਵੀ ਬੈਠੇ ਸੀਗੇ ਵੀ ਕੋਚ ਆਪਦੇ ਕੋਲ ਹੀ ਰੱਖੀ ਬੈਠੇ ਜੀ, ਵੀ ਜੇ ਪਲੇਅਰ ਇਹ ਲੱਗਦਾ ਸੀ ਨਾ ਵੀ ਪਲੇਅਰ ਮਾੜਾ ਤਾਂ ਉਹਨੂੰ ਕਹਿੰਦੇ ਤੁਹਾਨੂੰ ਹਿੱਸਾ ਨਹੀਂ ਦੇ, ਤੁਸੀਂ ਆਹ ਸਿਸਟਮ ਹੀ ਲੈ ਜੀ ਜਿਹੜਾ ਤੈਨੂੰ ਚਾਹੀਦਾ। ਬਈ ਜਦੋਂ ਹੁਣ ਕੋਚਾਂ ਕੋਲ ਜਾ ਉਹਨਾਂ ਤੇ ਗਾਹਾਂ ਪਲੇਅਰਾਂ ਦਾ ਕੀ ਕਸੂਰ ਆ, ਕੀ ਕਸੂਰ ਆ? ਜਦੋਂ ਮੇਨ ਬੰਦੇ ਜਿਹੜੇ ਬੰਦੇ ਕਬੱਡੀ ਨੂੰ ਪ੍ਰਮੋਟ ਕਰਦੇ ਜਾਂ ਪਲੇਅਰਾਂ ਨੂੰ ਆਪਦੇ ਅੰਡਰ ਖੜਾਉਂਦੇ ਆ, ਜਦੋਂ ਉਹ ਬੰਦੇ ਇਹ ਚੀਜ਼ ਦੇਈ ਜਾਂਦੇ ਆ ਤੇ ਪਲੇਅਰ ਨੂੰ ਤਾਂ ਕੀ ਪਤਾ, ਪਲੇਅਰ ਵਿੱਚ ਜਿਹੜਾ ਤਾਂ ਸੀਨੀਅਰ ਆ ਉਹ ਕਿਸੇ ਬੰਦੇ ਨਾਲ ਜਾਂਦੇ ਉਹ ਲੈਂਕੜਾ ਇੱਦਾਂ ਨਾਲ ਆਪਦੇ ਸੀਨੀਅਰ ਨਾਲ ਹੈਗਾ ਗਾ, ਉਹਨੂੰ ਪਤਾ ਕੁਛ ਨੌਲੇਜ ਰੱਖਦਾ, ਉਹ ਬੰਦਾ ਨਹੀਂ ਕਰਦਾ। ਜਿਹੜਾ ਬੰਦਾ ਨਵਾਂ ਉੱਠਦਾ ਉਹਨੂੰ ਤਾਂ ਇਸ ਚੀਜ਼ ਦਾ ਪਤਾ ਵੀ ਨਹੀਂ, ਬਿਲਕੁਲ, ਵੀ ਮੈਂ ਕੀ ਮੈਨੂੰ ਦੇ ਰਹੇ ਆ ਤਾਂ ਜਾਂ ਕੀ ਮੈਨੂੰ ਮਿਲ ਰਿਹਾ। ਬਾਕੀ ਜੇ ਚੀਜ਼ ਲੈਂਦੇ ਵੀ ਹੈ ਵਿੱਚ ਕੁਛ ਪਲੇਅਰ ਇੱਦਾਂ ਦੇ, ਜੇ ਮੰਨ ਕੇ ਚੱਲੋ ਉਹਨੂੰ ਕੋਈ ਚੀਜ਼ ਲੈਣੀ ਵੀ ਪਏਗੀ, ਉਹਨਾਂ ਦਾ ਕੋਈ ਲੇਬਲ ਨਹੀਂ ਕੁਛ ਨਹੀਂ, ਉਹਨੂੰ ਇਹ ਨਹੀਂ ਪਤਾ ਮੈਂ ਖਾਧਾ ਕੀ ਹੈ, ਇਹਦਾ ਵਾਸ਼ ਆਊਟ ਕੀ ਹੈ ਜਾਂ ਇਹਦਾ ਨੁਕਸਾਨ ਕੀ ਹੈ, ਕਿੰਨਾ ਚਿਰ ਇਹ ਯੂਜ ਕਰਨੀ ਹੈ ਅਤੇ ਕਿੰਨਾ ਚਿਰ ਨਹੀਂ ਕਰਨੀ, ਬਸ ਜਿਵੇਂ ਆਉਂਦਾ ਉਵੇਂ ਖਿੱਚੀ ਜਾਂਦਾ, ਨਵੇਂ ਪਲੇਅਰ ਨੂੰ ਪਤਾ ਕੁਛ ਹੁੰਦਾ ਨਹੀਂ ਜੀ। ਗੁਰਪ੍ਰੀਤ, ਇੱਕ ਗੱਲ ਹੋਰ, ਜਿਹੜੀ ਜਿਸ ਤਰ੍ਹਾਂ ਆਪਾਂ ਸਟੇਰਡ ਦੀ ਗੱਲ ਕੀਤੀ ਕਿ ਕਬੱਡੀ ਦੇ ਵਿੱਚ ਸਮਾਨ ਹੈ, ਇੱਕ ਮੌਕੇ 'ਤੇ ਖਿਡਾਰੀਆਂ ਦੁਆਰਾ ਵਰਤਿਆ ਜਾਂਦਾ ਜਿਹਨੂੰ ਆਮ ਹੀ ਕਹਿੰਦੇ ਮੌਕੇ ਵਾਲਾ ਲਾਇਆ ਹੋਇਆ ਨੇ, ਹਾਂਜੀ ਹਾਂਜੀ, ਜਾਂ ਇਹ ਇੰਨਾ ਭੁਮੱਤਰਿਆ ਫਿਰਦਾ ਜਾਂ ਭੱਜਿਆ ਫਿਰਦਾ, ਇਹਦੇ ਸ਼ਾਇਦ ਮੌਕੇ ਵਾਲਾ ਲੱਗਿਆ ਹੋਊ, ਇਹ ਕੀ ਸ਼ਾਇਆ? ਇਹਦਾ ਨਾ ਇੱਕ ਸਾਰਟ ਆਉਂਦਾ ਜਿਹੜਾ ਆਪਣਾ ਬਲੱਡ ਸਰਕਲ ਤੇਜ਼ ਕਰਦਾ, ਮਤਲਬ ਕਿ ਉਹ ਚੀਜ਼ ਨੂੰ ਯੂਜ ਕਰਨ ਦੇ, ਉਹ ਵੈਸੇ ਕਰਨਾ ਨਹੀਂ ਚਾਹੀਦਾ ਪਲੇਅਰਾਂ ਨੂੰ ਵੀ, ਚਲੋ ਜਿਹੜਾ ਦੂਜਾ ਵੀ ਆਪਾਂ ਤਾਂ ਕਹਿੰਦੇ ਕਰੋ ਨਾ ਜੀ ਜੀ, ਵੀ ਜਿਹੜੇ ਜਿੱਦਾਂ ਮੈਂ ਦੱਸ ਕੇ ਨਵੀਂ ਇੰਜਰੀ ਵਗੈਰਾ ਹੋ ਜਾਂਦੀ, ਕੋਈ ਰਿਕਵਰੀ ਕਰਨੀ ਆ, ਉਹ ਚੀਜ਼ਾਂ ਬਕਾਇਦਾ ਤੇ ਕੋਚ ਤੋਂ ਜਾਂ ਡਾਕਟਰ ਦੀ ਰਾਇ ਨਾਲ ਲੈਣੀ ਚਾਹੀਦੀ, ਬਿਲਕੁਲ। ਅਤੇ ਉਹ ਬਲੱਡ ਸਰਕਲ ਤੇਜ਼ ਜ਼ਿਆਦਾ ਕਰਦਾ ਜਿਹੜੀ ਮੌਕੇ 'ਤੇ ਕੋਈ ਵੀ ਚੀਜ਼ ਕੋਈ ਲੈਂਦੇ ਆ, ਉਹ ਚੀਜ਼ ਨਾ ਜਿੱਦਾਂ ਕੋਈ ਅਟੈਕ ਹੋ ਜਾਣਾ, ਉਹ ਚੀਜ਼ ਸਾਡੇ ਨਾਲ ਮੌਤ ਨੂੰ ਸੱਦਾ ਦੇਣੀ ਹੈ। ਉਹ ਆਪਾਂ ਨਵੇਂ ਪਲੇਅਰਾਂ ਨੂੰ ਵੀ ਮੇਰਾ ਇੱਕ ਤਰ੍ਹਾਂ ਦਾ ਵੀ ਮੈਸੇਜ ਹੀ ਆ ਜੀ ਜੀ, ਵੀ ਇੱਦਾਂ ਦੀ ਚੀਜ਼ ਨਾ ਕੋਈ ਯੂਜ ਕਰੋ ਜਿਹੜੀ ਆਪਾਂ ਨੂੰ ਨੁਕਸਾਨ ਦੇ, ਕਿਉਂਕਿ ਹੁਣ ਇੱਕਦਮ ਬਲੱਡ ਚੱਕ ਦੇਣਾ ਤਾਂ ਉਹਦੇ ਨਾਲ ਆਪਾਂ ਨੂੰ ਅਟੈਕ ਹੋਣਾ ਜਾਂ ਕੁਛ ਵੀ ਗਲਤ ਚੀਜ਼ ਆ। ਇੱਥੇ ਇੱਕ ਗੱਲ ਹੋਰ ਆਉਂਦੀ ਆ, ਖਿਡਾਰੀ ਹਰ ਇੱਕ ਚਾਹੁੰਦਾ ਮੇਰਾ ਸਰੀਰ ਬੜਾ ਸੋਹਣਾ ਹੋਵੇ, ਮੈਂ ਗਰਾਊਂਡ 'ਚ ਦਿਖਾਂ ਅਲੱਗ ਸਭ ਤੋਂ, ਬੇਸ਼ੱਕ ਚਾਰ ਜੱਫੇ ਘੱਟ ਲੱਗ ਜਾਣ, ਚਾਰ ਰੇਡਾਂ ਘੱਟ ਭੱਜ ਲਾਂ, ਪਰ ਸਰੀਰ ਬਹੁਤ ਵਧੀਆ ਚਾਹੀਦਾ। ਉਹਦੇ ਲਈ ਉਹ ਜਿੰਮ 'ਚ ਜਾਂਦੇ ਨੇ, ਅਖੌਤੀ ਕੋਚਾਂ ਦਾ ਵੀ ਸਹਾਰਾ ਲੈਂਦੇ ਨੇ, ਗਲਤ ਹੱਥਾਂ 'ਤੇ ਵੀ ਚੜ੍ਹਦੇ ਨੇ, ਅਤੇ ਲੰਬਾ ਟਾਈਮ ਵੀ ਨਹੀਂ ਖੇਡ ਪਾਉਂਦੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਜਿੰਮ 'ਚ ਹੀ ਰਹਿ ਜਾਂਦੇ ਨੇ ਅਤੇ ਜਿੰਮ ਵਾਲੇ ਹੁੰਦੇ ਨੇ। ਗਰਾਊਂਡ ਦੀ ਮਿਹਨਤ, ਲੰਬਾ ਸਮਾਂ ਖੇਡਣ ਲਈ, ਇੱਕ ਲੰਬਾ ਟਾਈਮ ਗਰਾਊਂਡ 'ਚ ਟਿਕਣ ਲਈ ਕਿੰਨੀ ਕੁ ਜ਼ਰੂਰੀ ਹੈ, ਅਤੇ ਕੋਚ ਦੀ ਚੰਗੇ ਉਸਤਾਦ ਦੀ ਮਾਰ ਕਿੰਨੀ ਕੁ ਜ਼ਰੂਰੀ ਹੈ, ਉਹਦੀ ਰਹਿਨਮਾਈ? ਦੇਖੋ, ਜਿਹੜਾ ਆਪਾਂ ਆਮ ਹੀ ਗੱਲ ਕਹਿੰਦੇ ਵੀ ਗੁਰੂ ਬਿਨਾਂ ਗਿਆਨ ਨਹੀਂ, ਅਤੇ ਕੋਚਿੰਗ ਤਾਂ ਜ਼ਰੂਰੀ ਆ ਵੀ ਸਿੱਧਾ ਪਲੇਅਰ ਮੈਂ ਤਾਂ ਕਹਿੰਦਾ ਨਹੀਂ ਵੀ ਕੋਈ ਬਣ ਜੂਗਾ ਜੀ, ਕਿਉਂ ਮੈਨੂੰ ਵੀ ਹੁਣ ਸਟਾਰਟਿੰਗ ਦੇ ਵਿੱਚ ਮੇਰਾ ਜਿਹੜਾ ਉਸਤਾਦ ਹੀ ਕਹਿੰਦਾ, ਮੈਂ ਮੇਰਾ ਸੀਨੀਅਰ ਪਲੇਅਰ ਸੀ ਬਲਵੀਰ ਸਿੰਘ ਬੱਟਾ, ਅੱਛਾ, ਉਹਨੇ ਮੈਨੂੰ ਖੇਡਣ ਲਾਇਆ ਸੀ, ਅਤੇ ਉਦੋਂ ਬਾਅਦ ਦੇ ਵਿੱਚ ਕੋਚ ਮੈਨੂੰ ਨੀਲੂ ਖਾਨ ਨੇ ਮਤਲਬ ਕਿ ਉੱਪਰ ਲੈ ਕਹਿੰਦਾ ਜਿਹਨੇ ਆਪਣਾ ਖੇਡਣ ਲਾਇਆ ਜੀ ਜੀ, ਅਤੇ ਵੀ ਕੋਚ ਤਾਂ ਜ਼ਰੂਰੀ ਹੈਗਾ। ਵੈਸੇ ਜਿਹੜੇ ਆਪਾਂ ਪ੍ਰੈਕਟਿਸ ਕਹਿ ਦਿੰਦੇ ਹਾਂ, ਪ੍ਰੈਕਟਿਸ ਤਾਂ ਜ਼ਰੂਰੀ, ਨਾਲ ਉਹਦੇ ਨਾਲ ਡਾਇਟ ਵੀ ਸਹੀ ਹੋਵੇ,
ਮੰਨ ਕੇ ਚੱਲੋ ਹੁਣ ਜਿਹੜਾ ਅੱਜ ਦਾ ਦੌਰ ਹੈ, ਅੱਜ ਦੇ ਵਿੱਚ ਆਪਾਂ ਡਾਇਟ ਹੀ ਨਹੀਂ ਸਹੀ ਮਿਲਦੀ ਆਪਾਂ ਨੂੰ, ਆਪਾਂ ਦੁੱਧ ਉਹ ਵੀ ਜ਼ਹਿਰ ਪੀਂਦੇ। ਹੁਣ ਆਪਣੇ ਆਪਾਂ ਘਰੇ ਕਿੱਲਾ ਕੁ ਤਾਂ ਆਪਾਂ ਕਣਕ ਉੱਦਾਂ ਦੀ ਬੀਜ ਕੇ ਰੱਖਦੇ ਜਿਹਨੂੰ ਕੋਈ ਰੇਹ ਸਪਰੇ ਨਹੀਂ, ਗੱਲਾਂ ਰੂੜੀ ਦਾ ਰੇਹ ਪਿਆ ਹੁੰਦਾ ਤੁਸੀਂ ਖੁਦ? ਹਾਂਜੀ ਖੁਦ ਸਾਰੀ ਸਬਜ਼ੀ ਆਪਣੀ ਰੂੜੀ ਦੇ ਰੇਹ ਦੀ। ਘਰੇ ਪਸ਼ੂਆਂ ਨੂੰ ਜੋ ਕੁਛ ਪੈਣਾ ਹੈਗਾ ਉਹੀ ਆਪਾਂ ਨੂੰ ਕਹਾਂ ਦੁੱਧ ਮਿਲਣਾ, ਦੁੱਧ ਮਿਲਣਾ ਉਹਨਾਂ ਨੂੰ, ਆਪਣੇ ਦੇਸੀ ਸਰੋਂ ਦੀ ਖਾ ਲਓ, ਅੱਛਾ ਕੋਈ ਫੀਡ ਨਹੀਂ ਕੁਛ ਨਹੀਂ। ਉਹ ਚੀਜ਼ ਵੀ ਹੈ ਨਾ, ਮਤਲਬ ਕਿ ਆਪਾਂ ਨੂੰ ਇਕੱਲੀ ਇਹ ਨਹੀਂ ਨਾ ਵੀ ਇਕੱਲੀ ਪ੍ਰੈਕਟਿਸ ਕਰੀ ਜੋ, ਪ੍ਰੈਕਟਿਸ ਕਰਨ ਦੇ ਬਾਵਜੂਦ ਆਪਾਂ ਨੂੰ ਡਾਇਟ ਹੀ ਨਹੀਂ ਸਹੀ ਮਿਲਦੀ। ਹੁਣ ਲੈਂਦੇ ਤਾਂ ਆਪਾਂ ਦੁੱਧ ਪੀਂਦੇ ਹਾਂ, ਪਨੀਰ ਖਾਂਦੇ ਹਾਂ ਵੀ ਤਾਕਤ ਵਾਸਤੇ, ਪਰ ਜੋ ਬਣਿਆ ਹੁਣ ਸਪਰੇਟਾ ਦੁੱਧ ਜਿਹਦੇ ਵਿੱਚੋਂ ਨਿਕਲਣਾ ਕੁਛ ਨਹੀਂ, ਤਾਂ ਉਹ ਕੀ ਖਾ ਕੇ ਆਪਾਂ ਕੀ ਮਲ ਢਾ ਲਾਂਗੇ? ਬਿਲਕੁਲ ਉਹ ਚੀਜ਼ ਆ ਵੀ ਪ੍ਰੈਕਟਿਸ ਵੀ ਜ਼ਰੂਰੀ ਹੈ ਅਤੇ ਡਾਇਟ ਵੀ ਉਹ ਤੋਂ ਵਧੀਆ ਮਿਲੇ ਆਪਾਂ ਨੂੰ ਸਹੀ ਮਿਲੇ, ਫਿਰ ਹੀ ਪ੍ਰੈਕਟਿਸ ਲਾਉਣ ਦਾ ਫਾਇਦਾ। ਮੈਂ ਸੁਣਿਆ ਸੀ ਕਿ ਗੁਰਪ੍ਰੀਤ ਦਾ ਸੁਭਾਅ ਬੜਾ ਸਖਤ ਹੈ, ਪਰ ਹੁਣ ਮੈਂ ਮਿਲਿਆ ਤਾਂ ਗੱਲਾਂ ਬਾਤਾਂ ਕਰ ਰਿਹਾ ਤਾਂ ਬੜੇ ਨਰਮ ਹੋ ਅਤੇ ਬੜਾ ਤੁਹਾਡਾ ਰਵੱਈਆ ਵੀ ਬੜਾ ਵਧੀਆ। ਅਤੇ ਰਿਵਾਲਵਰ ਵੀ ਰੱਖਦੇ ਹੋ ਤੁਸੀਂ ਜਦੋਂ ਜਾਂਦੇ ਹੋ ਟੂਰਨਾਮੈਂਟਾਂ 'ਤੇ, ਕੋਈ ਖਾਸ ਦਿੱਕਤ ਜਾਂ ਸ਼ੌਂਕ ਆ ਜਾਂ ਤੁਹਾਡਾ ਸੁਭਾਅ ਸੱਚਮੁੱਚ ਹੀ ਕਰਾ? ਸ਼ੌਂਕ ਨਹੀਂ ਗਾ ਇੱਦਾਂ ਦਾ ਕੋਈ, ਰਿਵਾਲਵਰ ਰੱਖਣ ਦਾ ਵੀ ਜਿੱਦਾਂ ਰਾਤ ਨੂੰ ਹਨੇਰੇ ਨੂੰ ਰਿਆਈ ਦਾ, ਬਾਕੀ ਜੋ ਅੱਜ ਕੱਲ੍ਹ ਚੱਲੀ ਜਾਂਦਾ ਕਬੱਡੀ 'ਚ ਧਮਕੀ ਦਿੱਤੀ ਇੱਥੇ ਨੂੰ ਉੱਥੇ ਖੇਡਣਾ, ਉਸ ਤਾਂ ਕਹਿੰਦੇ ਆਪਦੀ ਸੇਫਟੀ ਵਾਸਤੇ ਰੱਖਿਆ। ਤੁਹਾਡੀ ਮੈਂ ਕਈ ਵੀ ਗੱਲ ਸੁਣੀ ਹੈ ਕਿ ਆਮ ਕਰਕੇ ਜਦੋਂ ਟੀਮਾਂ ਨੂੰ ਅੱਜ ਕੱਲ੍ਹ ਕਿਰਾਇਆ ਬੜਾ ਮੰਗਦੇ ਨੇ ਖਿਡਾਰੀ, ਹਾਂਜੀ 20-30 50-50 ਹਜ਼ਾਰ ਤੱਕ ਕਿਰਾਇਆ ਵੀ ਚੱਲਿਆ ਜਾਂਦਾ ਟੀਮਾਂ ਦਾ ਕਿ ਫਲਾਨੀ ਟੀਮ ਇੱਥੇ ਖੇਡਣਾ ਹੋਵੇ ਤਾਂ ਅਸੀਂ ਇੰਨਾ ਕਿਰਾਇਆ ਦੇਵਾਂਗੇ, ਪ੍ਰਬੰਧਕ ਵੀ ਕਹਿੰਦੇ ਨੇ ਸਾਡੇ ਆਓ। ਗੁਰਪ੍ਰੀਤ ਨੇ ਕਹਿੰਦੇ ਜਿੱਥੇ ਜਵਾਨ ਕਰ ਲਈ ਚਾਹੇ 5,000 'ਤੇ ਕਰ ਲਈ, ਅਗਲਾ ਚਾਹੇ 50 ਦੇਵੇ ਤਾਂ ਉੱਥੇ ਨਹੀਂ ਜਾਣਾ, 5 ਵਾਲੀ ਜਗ੍ਹਾ 'ਤੇ ਜਾਣਾ ਹੀ ਜਾਣਾ। ਹਾਂਜੀ ਇਹ ਨਾ ਮਤਲਬ ਕਿ ਪਲੇਅਰ ਤਾਂ ਹਰ ਕੋਈ ਅੱਜ ਕੱਲ੍ਹ ਜਿਹੜਾ ਮਿਹਨਤ ਕਰਦਾ ਬਣ ਜਾਂਦਾ, ਆਪਾਂ ਪਲੇਅਰ ਦੇ ਨਾਂ ਨਾਲ ਜਿੱਦਾਂ ਉਹਨੂੰ ਦੱਸਿਆ ਵੀ ਭਗਤ ਸਿੰਘ ਨੂੰ ਫੋਲੋ ਕਰਦੇ ਜਾਂ ਕਿੱਦਾਂ ਵੀ ਲਾ ਲਓ, ਵੀ ਆਪਾਂ ਨਾਲ ਇਨਸਾਨ ਵਧੀਆ ਬਣਨ ਦੀ ਕੋਸ਼ਿਸ਼ ਕੀਤੀ ਆ। ਅੱਛਾ ਮੈਂ ਹੁਣ ਤੱਕ ਜਿੰਨੀਆਂ ਵੀ ਅਕੈਡਮੀਆਂ 'ਚ ਖੇਡੀਆਂ, ਕੋਈ ਬੰਦਾ ਇਹ ਪਰੂਫ ਕਰਦੇ ਵੀ ਗੁਰਪ੍ਰੀਤ ਨੇ ਕਿਸੇ ਅਕੈਡਮੀ ਨੂੰ ਸਾਈਨ ਦਿੱਤੇ ਆ ਜੀ। ਆਪਾਂ ਪਹਿਲੇ ਸਟਾਰਟਿੰਗ ਕਰੀ ਸੀ ਸੁੱਕੀ ਭਾਗੀ ਗੱਲ ਨੂੰ, ਉਹ ਕਿਹੜਾ ਸਾਈਨ ਦੇ, ਉਦੋਂ ਬਾਅਦ ਦੇ ਵਿੱਚ ਆਪਣੀ ਜਵਾਨ ਹੀ ਸਾਈਨ ਜੀ, ਜੇ ਕਹੇ ਤਾਂ ਖੇਡਣਾ ਜੇ ਨਹੀਂ ਕਹੇ ਤਾਂ ਨਹੀਂ ਖੇਡਣਾ। ਅੱਛਾ ਇਹ ਚੀਜ਼ ਆ ਗਈ ਵੀ ਪਲੇਅਰ ਬਣਨ ਦੇ ਨਾਲ ਇਨਸਾਨ ਵਧੀਆ ਬਣੋ, ਆਪਦੇ ਮਾੜੇ ਟਾਈਮ ਦੇ ਵਿੱਚ ਕੰਮ ਆਉਂਦਾ। ਜਿਹੜੇ ਹੁਣ ਦੁਨੀਆਂ ਦੇ ਸਟਾਰ ਸੀਗੇ ਆਪਾਂ ਦੇਖਿਆ, ਆਪਾਂ ਕਿਤੇ ਨਾਂ ਲੈਣਾ ਚਾਹੁੰਦੇ, ਰੁਲਦੇ ਫਿਰਦੇ, ਉਹ ਕਹਿੰਦੇ ਸਾਨੂੰ ਬਾਤ ਨਹੀਂ ਪੁੱਛੀ, ਕਿਉਂ ਨਹੀਂ ਪੁੱਛੀ, ਜਦੋਂ ਤਕੜੇ ਸੀ ਉਦੋਂ ਐਂ ਕਰਕੇ ਲੰਘ ਜਾਂਦੇ ਖਿਡਾਰੀਆਂ ਦੀ ਵੀ ਗਲਤੀ। ਹਾਂ ਨੀਵਾਂ ਹੋ ਕੇ ਰਹੋ, ਲੋਕਾਂ ਨਾਲ ਜੁੜ ਕੇ ਰਹੋ ਤਾਂ ਬੰਦੇ ਦੀ ਆਟੋਮੈਟਿਕਲੀ ਆਪਣੇ ਮਾੜੇ ਟਾਈਮ ਦੇ ਵਿੱਚ ਉਹ ਚੀਜ਼ ਕੰਮ ਆਉਂਦੀ ਹੈ ਵੀ ਹਾਂ ਵੀ ਬੰਦਾ ਇਨਸਾਨ ਵਧੀਆ ਸੀ। ਉਹਦੇ ਵਿੱਚ ਪਲੇਅਰਾਂ ਨੂੰ ਹੁਣ ਤੱਕ ਮੈਂ ਰਾਣਾ ਬਾਂਝ ਨੂੰ ਫੋਲੋ ਕੀਤਾ, ਜਿਹੜੇ ਬੰਦੇ ਦਾ ਅੱਜ ਵੀ ਸਨਮਾਨ ਬਹੁਤ ਜ਼ਿਆਦਾ ਕਰਦੇ, ਲੋਕ ਕਹਿੰਦੇ ਵੀ ਤੂੰ ਖੇਡ ਸਕਦਾ, ਬਾਹਰ ਟੋਰਾਂਟੋ ਗਿਆ ਉਹ 11 'ਚ ਗਿਆ ਅਤੇ 10 'ਚ ਮੇਰਾ ਖਿਆਲ, ਅਤੇ ਬੜਾ ਲੋਕਾਂ ਨੇ ਮਾਣ ਕੀਤਾ, ਉਹਨੂੰ ਪੈਸੇ ਪੂਸੇ ਦਿੱਤੇ। ਅੱਛਾ ਪਤਾ ਕਰਿਆ ਵੀ ਕਿਉਂ ਦਿੱਤੇ, ਕੀ ਗੱਲਬਾਤ, ਕਹਿੰਦੇ ਬੰਦਾ ਇੱਜ਼ਤ ਪੱਖੋਂ ਅਤੇ ਹੋਰ ਚੀਜ਼ਾਂ ਜਿੱਦਾਂ ਵੀ ਆਪਾਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਵੀ ਬੰਦੇ ਦਾ ਸਟੈਂਡ ਸੀ ਠੀਕ ਆ, ਵੀ ਤਾਂ ਉਹ ਚੀਜ਼ ਨੂੰ ਤਾਂ ਆਪਾਂ ਉਹ ਬੰਦੇ ਨੂੰ ਫੋਲੋ ਕਰਦੇ ਜੀ। ਇੱਕ ਕਬੱਡੀ ਦੀ ਹੋਰ ਬੜੀ ਤਰਾਸਦੀ ਹੈ ਕਿ ਕਬੱਡੀ ਦੇ ਵਿੱਚ ਜਿੰਨਾ ਸਮਾਂ ਖਿਡਾਰੀ ਖੇਡਦਾ, ਜਿਸ ਤਰ੍ਹਾਂ ਤੁਸੀਂ ਕਿਹਾ ਖਿਡਾਰੀ ਉਸ ਸਮੇਂ ਪਾਸੇ ਦੇ ਮੂੰਹ ਕਰਕੇ ਲੰਘ ਜਾਂਦੇ ਆ ਜਦੋਂ ਸਟਾਰ ਹੁੰਦੇ ਨੇ, ਖਿਡਾਰੀਆਂ ਦੀ ਵੀ ਗਲਤੀ ਹੈ, ਕਹਿੰਦੇ ਭੱਜਦਾ ਘੋੜਾ ਹੀ ਕਬੱਡੀ ਦੇ ਵਿੱਚ ਪਹਿਚਾਣਿਆ ਜਾਂਦਾ, ਉਹਦਾ ਹੀ ਮੁੱਲ ਪੈਂਦਾ, ਬਾਅਦ ਦੇ ਵਿੱਚ ਬਾਤ ਨਹੀਂ ਪੁੱਛੀ ਜਾਂਦੀ, ਬਹੁਤੇ ਖਿਡਾਰੀਆਂ ਨਾਲ ਹੋਇਆ ਵੀ ਆ ਇਹ। ਵੈਸੇ ਤਾਂ ਜੀ ਆਪਾਂ ਉੱਦਾਂ ਕੋਚਾਂ ਨੂੰ ਕਹਿ ਦਿੰਦੇ ਹਾਂ ਵੀ ਕੋਚ ਇੱਦਾਂ ਕਰਦੇ ਆ, ਵੈਸੇ ਸਹੀ ਮੈਨੂੰ ਦੇ ਵਿੱਚ ਹੈ ਦੁਨੀਆਂਦਾਰ ਵੀ ਹੈ, ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਆ, ਮਾੜੇ ਨੂੰ ਕੋਈ ਪੁੱਛਦਾ, ਪਰ ਆਪਣੇ ਤਾਂ ਰੱਬ ਕੰਨੂ ਲਾ ਲਓ, ਮੇਰਾ ਪੇਜ ਬਣਿਆ ਵਾ ਗੁਰਪ੍ਰੀਤ ਜੰਗੀਆਂ ਨਾਲ ਫੈਨ ਪੇਜ ਜੀ, ਜਿੰਨੇ ਕੁ ਬੰਦੇ ਲੋਕ ਫੋਲੋ ਕਰਦੇ ਆ ਵੀ ਕਈ ਵਾਰੀ ਆਪਾਂ ਮਾੜਾ ਖੇਡਿਆ, ਜਿੱਦਾਂ ਹੁਣ ਮੈਂ ਲੀਗ ਦੇ ਵਿੱਚ ਫਿੱਟ ਨਹੀਂ ਸੀ ਪੂਰਾ, ਮੈਂ ਖੇਡਣਾ ਹੀ ਚਾਹੁੰਦਾ ਸੀ ਜੀ, ਕਿਉਂਕਿ ਪਿੰਡ ਕੈਂਪ ਕੁੰਪ ਲੱਗਾ ਕਰਕੇ ਮਿਹਨਤ ਬਹੁਤ ਹਾਰਡ ਕਰਦੇ ਸੀ, ਅਤੇ ਮਿਹਨਤ ਕਰਨ ਤੋਂ ਬਾਅਦ ਨਾ ਕੇਰ ਆਪਾਂ ਨੂੰ ਐਂ ਲੱਗੂ ਪਤਾ ਨਹੀਂ ਮਾੜੇ ਹੋ ਗਏ ਵੀ 20 ਕੁ ਦਿਨ ਜਾਂ ਮਹੀਨਾ ਲਾ ਲਓ ਵੀ ਸਰੀਰ ਰਿਕਵਰੀ 'ਚ ਨਹੀਂ ਆਉਂਦਾ, ਟੁੱਟਦਾ ਹੈਗਾ, ਕਿਉਂਕਿ ਸੁਬਾਹ ਪ੍ਰੈਕਟਿਸ ਕਰਨੀ ਖਿੱਚ ਕੇ ਪੂਰੀ, ਦੁਪਹਿਰ ਟਾਈਮ ਸੌਣ ਦੀ ਆਦਤ ਪਾਈ ਹੁੰਦੀ ਜਿੰਨਾ ਚਿਰ ਆਪਾਂ, ਉਹ ਬਾਅਦ ਦੇ ਵਿੱਚ ਜਦੋਂ ਆਪਾਂ ਗੇਮ ਕਰਦੇ ਹਾਂ ਕਿ ਮੈਚ 'ਤੇ ਜਾਂਦੇ ਹਾਂ ਜੀ, ਤਾਂ ਆਪਾਂ ਨੂੰ ਉਹ ਚੀਜ਼ ਦਵਾ ਲੱਗਦੀ ਆ ਵੀ ਕਿਉਂਕਿ ਆਪਣਾ ਸਰੀਰ ਲੱਗ ਗਿਆ ਵੀ ਆਪਾਂ ਰੈਸਟ ਕਰ ਲਈਏ ਸੌਣ ਜੀ, ਉਹ ਨੀਂਦ 'ਚ ਤੁਰੇ ਫਿਰਦੇ ਹਾਂ, ਸਰੀਰ ਐਕਟਿਵ ਨਹੀਂ ਹੁੰਦਾ, ਉਹ ਬਾਅਦ ਦੇ ਵਿੱਚ ਜਦੋਂ ਆਪਾਂ ਲਾਤਾ ਵੀ ਮੈਚ ਖੇਡਣ ਲੱਗ ਗਏ ਫਿਰ ਆਪਣਾ ਸਰੀਰ ਉੱਥੇ ਲੱਗ ਜਾਂਦਾ ਜੀ, ਅਤੇ ਉਹ ਚੀਜ਼ ਨਾਲ
ਮੈਚ ਖੇਡਣ ਦੇ ਵੀ ਜਿੰਨੇ ਕੁ ਮੈਂ ਦੇਖਿਆ ਵੀ ਅਨਫਿੱਟ ਖੇਡਿਆ, ਪਰ ਮੈਨੂੰ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਯਾਰ ਵੀ ਬਾਈ ਤੂੰ ਤਾਂ ਡੱਕਾ ਨਹੀਂ ਕਰਦਾ ਯਾਰ, ਤੂੰ ਆਹ ਨਹੀਂ ਕਰਦਾ, ਅਤੇ ਕਈ ਵਾਰ ਫੋਟੋ ਪਾ ਦੇਣੀ ਜਾਂ ਉੱਦਾਂ ਲੋਕ ਕਹਿੰਦਾ ਵੀ ਹਾਂ ਠੀਕ ਹੈ ਵੀ ਖੇਡਦਾ ਵੀ ਰਾਤ ਨੂੰ ਪਿਆਰ ਕਰਦੇ ਆ, ਤਕੜਾ ਖੇਡ ਜਾਂ ਮਾੜਾ ਖੇਡ, ਪਰ ਨਹੀਂ ਅੱਜ ਦੇ ਟਾਈਮ ਦੇ ਵਿੱਚ ਜੇ ਕੋਈ ਬੰਦਾ ਨੰਬਰ ਲੈਂਦਾ ਉਹਦੀ ਫੈਨ ਹੈ, ਉਹਨੂੰ ਹੀ ਲੋਕ ਫੋਲੋ ਕਰਦੇ ਆ ਜੀ, ਅਤੇ ਮੈਨੂੰ ਇਹ ਤਾਂ ਹੀ ਲੱਗਦਾ ਵੀ ਜੇ ਮੈਨੂੰ ਕਰਦੇ ਭਾਵੇਂ ਮੇਰੀ ਗੇਮ ਚਲੀ ਜਾਵੇ ਕਿ ਮੈਨੂੰ ਇਨਸਾਨੀਅਤ ਤੌਰ 'ਤੇ ਲੋਕ ਚੰਗਾ ਸਮਝਦੇ, ਮੈਂ ਚੰਗਾ ਹਾਂ ਹੈ ਜਾਂ ਨਹੀਂ ਉਹ ਲੋਕਾਂ ਨੂੰ ਪਤਾ ਮੇਰੇ ਨੂੰ ਵੱਧ, ਅਤੇ ਆਪਾਂ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਬਈ ਖਿਡਾਰੀ ਦੀ ਖੁਰਾਕ ਅਤੇ ਉਹਦੀ ਮਿਹਨਤ ਦਾ ਬੜਾ ਵੱਡਾ ਯੋਗਦਾਨ ਹੁੰਦਾ, ਗੁਰਪ੍ਰੀਤ ਦੀ ਕੀ ਮਿਹਨਤ ਆ, ਕਿੰਨੀ ਕੁ ਮਿਹਨਤ ਕਰਦੇ ਹੋ, ਜਿਸ ਤਰ੍ਹਾਂ ਤੁਸੀਂ ਕੈਂਪ ਦੀ ਗੱਲ ਕਰਦੇ ਸੀ ਉੱਥੇ ਮਿਹਨਤ ਲਵਾਉਂਦੇ ਵੀ ਹੋ, ਖੁਦ ਵੀ ਜਿਹੜੀ ਤੁਹਾਡੀ ਆਪਣੀ ਨਿੱਜੀ ਮਿਹਨਤ ਆ, ਗੁਰਪ੍ਰੀਤ ਕਿੰਨੀ ਕੁ ਮਿਹਨਤ ਲਾਉਂਦਾ, ਕਿਹੋ ਜਿਹੀ ਖੁਰਾਕ ਖਾਂਦਾ? ਮਿਹਨਤ ਵੀਰੇ ਮਤਲਬ ਜਿੰਨਾ ਚਿਰ ਤਾਂ ਮੈਚ ਨਹੀਂ ਚੱਲਦਾ ਉਨਾ ਚਿਰ ਤਾਂ ਪੂਰੀ ਹਾੜ ਹੀ ਲਾਈ ਦੀ ਆ ਵੀ ਸੁਬਾਹ ਵੀ ਦੋ ਢਾਈ ਘੰਟੇ ਲਾ ਦਈਦੇ, ਸ਼ਾਮ ਨੂੰ ਵੀ, ਪਰ ਬਾਅਦ ਦੇ ਵਿੱਚ ਜਿੱਦਾਂ ਮੈਚ ਚੱਲ ਪੈਂਦੇ ਆ ਫਿਰ ਇੱਕ ਜੁੜੇ ਜਿਹੇ ਰਹੀਦਾ ਵੀ ਆਦਤ ਹੀ ਰਹੇ ਉੱਦਾਂ ਸਰੀਰ ਨੂੰ ਸੁਬਾਹ ਉੱਠਣ ਦੀ, ਫਿਰ ਹਲਕੀ ਜਿਹੀ ਲਾ ਕੇ ਚਲੇ ਜਾਈਦਾ ਉੱਦਾਂ ਜਿੱਦਾਂ ਵੀ ਮਤਲਬ ਮੈਚਾਂ ਤੋਂ ਪਹਿਲਾਂ ਜੇ ਆਪਾਂ ਤਿਆਰੀ ਕਰਨੀ ਆ ਉਦੋਂ ਸੁਬਾਹ ਹਫ਼ਤੇ ਦੀਆਂ ਦੋ ਤਾਂ ਕ੍ਰੋਸ ਕੰਟਰੀਆਂ ਲਾਉਂਦੇ ਰਹੇ ਹਾਂ। ਕਿੰਨੀ ਕੁ ਲੰਬੀ ਕ੍ਰੋਸ ਕੰਟਰੀ? ਲੰਬੀ ਕਿਤੇ 12-13 ਕਿਲੋਮੀਟਰ ਦੀ ਲਾ ਦੇਣੀ, ਕਿਤੇ 20-21 ਕਿਲੋਮੀਟਰ ਦੀ। ਅੱਛਾ, ਸਾਰੇ ਬੰਦੇ ਇੱਕ ਬੁੱਧਵਾਰ ਹੁੰਦੀ ਸੀ ਇੱਕ ਸ਼ਨੀਵਾਰ, ਹਫ਼ਤੇ 'ਚ ਦੋ ਵਾਰੀ? ਹਾਂਜੀ ਹਫ਼ਤੇ 'ਚ ਦੋ ਵਾਰੀ ਉਹ ਲਾਉਣ ਤੋਂ ਬਾਅਦ, ਅਤੇ ਸੰਡੇ ਦੀ ਛੁੱਟੀ ਹੁੰਦੀ ਸ਼ਨੀਵਾਰ ਵਾਲੇ, ਬੁੱਧਵਾਰ ਤੋਂ ਬਾਅਦ ਉਹ ਕੰਟੀਨਿਊ ਜਿੱਦਾਂ ਮਿਹਨਤ ਚੱਲਦੀ ਹੈ, ਅਤੇ ਉੱਦਾਂ ਵੈਸੇ ਜਿੱਦਾਂ ਕ੍ਰੋਸ ਕੰਟਰੀ ਨਹੀਂ ਹੈਗੀ ਉੱਦਾਂ 3 ਕੁ ਕਿਲੋਮੀਟਰ ਦੀ ਮਤਲਬ ਵਾਰਮ ਅਪ ਲਾ ਕੇ ਉਹ ਤੋਂ ਬਾਅਦ ਦੇ ਵਿੱਚ ਡਾਂਡ ਲਾਉਣੇ, ਸਪਾਟੇ ਲਾਉਣੇ ਸੁਬਾਹ ਟਾਈਮ, ਜਾਂ ਫੁੱਟਬਾਲ ਲੈ ਕੇ ਆਪਣਾ ਫੁੱਟਬਾਲ ਦਾ ਗਰਾਊਂਡ ਬਣਿਆ, ਥਰੋਬਾਲ ਖੇਡਦੇ ਹੁੰਦੇ ਇੱਕ ਦੇਖਿਆ ਉਹਦੀ, ਹਾਂਜੀ ਹਾਂਜੀ, ਉਹ 'ਚ ਪ੍ਰੋਪਰ ਜੇ ਬੰਦੇ ਰੱਖਣੇ ਵੀ 5-6 ਕੁ ਬੰਦੇ ਉੱਧਰ ਹੋਣੇ ਜਿਹੜੇ ਸਪਰਿੰਟ ਸਪੁਰਿੰਟ ਜ਼ਿਆਦਾ ਲੱਗੇ, ਅਤੇ ਉਹ ਚੀਜ਼ ਲਾਉਂਦੇ ਰਹਿੰਦੇ ਸ਼ਾਮ ਨੂੰ ਗੇਮ। ਅੱਛਾ, ਗੇਮ ਲਾਉਣ ਤੋਂ ਬਾਅਦ ਦੇ ਵਿੱਚ ਸਪਾਟੇ ਦੇ ਡਾਂਡ ਜੀ। ਖਿਡਾਰੀਆਂ ਦੇ ਵਿੱਚ ਇੱਕ ਬੜੀ ਹੁੰਦੀ ਹੈ ਕਿ ਜਦੋਂ ਪ੍ਰਾਈਜ਼ ਜਿੱਤਦੇ ਆ ਉਸ ਤੋਂ ਬਾਅਦ ਵੰਡੀਆਂ ਪੈ ਜਾਂਦੀਆਂ ਨੇ, ਅੱਜ ਕੱਲ੍ਹ 2 ਖਿਡਾਰੀ ਬਾਹਰੋਂ ਖਿਡਾਉਣ ਦਾ ਪਿੰਡ ਬਾਰ ਦੇ ਵਿੱਚ ਰੁਝਾਨ ਹੈ, 3 ਵੀ ਖਿਡਾਏ ਜਾਂਦੇ, 1 ਵੀ ਖਿਡਾਇਆ ਜਾਂਦਾ, ਕਹਿੰਦੇ ਹੁੰਦੇ ਉਹ ਖਿਡਾਰੀ ਨੂੰ ਵੱਧ ਪੈਸੇ ਦੇ ਦਿਓ ਆਪ ਉਸ ਹਿਸਾਬ ਨਾਲ ਘੱਟ ਵੱਧ ਵੰਡ ਲਓ, ਜ਼ਿਆਦਾਤਰ ਰੌਲੇ ਜ਼ਿਆਦਾਤਰ ਟੀਮਾਂ ਪੈਸੇ ਨੂੰ ਲੈ ਕੇ ਟੁੱਟਦੀਆਂ ਨੇ ਪਿੰਡ ਬਾਰ ਦੀਆਂ। ਹਾਂਜੀ ਹਾਂਜੀ, ਬਹੁਤ ਐਂ ਦੇਖਿਆ। ਤੁਹਾਡੇ ਵਿੱਚ ਨਾ ਕੱਪਾਂ ਨੂੰ ਫਸਟ ਪ੍ਰਾਈਜ਼ ਜਿਹੜਾ ਕੱਪ ਸਨਮਾਨ ਹੁੰਦੇ ਉਹਨਾਂ ਨੂੰ ਲੈ ਕੇ ਵੰਡੀਆਂ ਪਈਆਂ, ਨਾ ਪੈਸੇ ਨੂੰ ਲੈ ਕੇ ਵੰਡੀਆਂ ਪਈਆਂ, ਕਿਵੇਂ ਆ ਇਹ ਤਾਣਾ ਬਾਣਾ? ਕਿਵੇਂ ਤਾਣਾ ਬਾਣਾ ਇਹ ਆ ਬਈ, ਜਦੋਂ ਆਪਾਂ ਮੰਨ ਕੇ ਚਲੋ ਸਟਾਰਟ ਕਰੀਏ ਨਾ ਗੇਮ, ਸਟਾਰਟਿੰਗ ਦੇ ਵਿੱਚ ਮੈਂ ਅਤੇ ਇੱਕ ਮੇਰੇ ਤਾਏ ਦਾ ਮੁੰਡੇ ਲੱਗਦਾ ਸੋਨੀ, ਅਤੇ ਇੱਕ ਦੋ ਸਾਡੇ ਨਾਲ ਹੋਰ ਹੁੰਦੇ ਸੀ ਧੱਕੇ ਜਿਹੇ ਨਾਲ ਲੈ ਕੇ ਜਾਣੇ ਜਿਵੇਂ ਨਾਲ। ਅੱਛਾ, ਬਾਅਦ ਦੇ ਵਿੱਚ ਜਦੋਂ ਆਪਾਂ ਟੀਮ ਵੈਸੇ ਆਪਣੇ ਜਿੱਦਾਂ ਚਲੋ ਮੈਂ ਖਰਚਾ ਖੁਰਚਾ ਕਰ ਦਿੰਦਾ ਸੀਗਾ, ਜਿੱਦਾਂ ਹੋਰ ਟੀਮਾਂ ਦੇ ਵਿੱਚ ਆਪਾਂ ਜਦੋਂ ਨਵੀਂ ਟੀਮ ਹੈ, ਨਵੀਂ ਟੀਮ ਖੇਡਣ ਜਾਂਦੀ ਹੈ ਉਹਨੂੰ ਕੋਈ ਕਿਰਾਇਆ ਨਹੀਂ ਦਿੰਦਾ, ਕੁਛ ਨਹੀਂ ਦਿੰਦਾ। ਅੱਛਾ, ਟੀਮ ਹਾਰ ਗਈ, ਹਾਰਨ ਤੋਂ ਬਾਅਦ ਰੁਪਈਆ ਚੱਲ ਗਿਆ 4000 ਕੋਲੋਂ, ਆਪਾਂ ਸਾਰਿਆਂ ਤੋਂ ਪੈਸੇ ਫੜਦੇ ਹਾਂ ਬਈ ਇਹ ਪੈਸੇ ਕੱਢੋ, ਤਾਂ ਉਦੋਂ ਬਾਅਦ ਦੇ ਵਿੱਚ ਵੀ ਆਪਣਾ ਹੱਕ ਇਹ ਬਣ ਦਿੰਦਾ ਵੀ ਜਦੋਂ ਜਿੱਤਦੇ ਹਾਂ ਭਾਵੇਂ ਕੋ ਢੇਰੀਆਂ 'ਤੇ ਖੜਾ, ਉਹਦਾ ਹਿੱਸਾ ਦਿਓ, ਉਹ ਆਪਾਂ ਉਦੋਂ ਤਾਂ ਨਹੀਂ ਕਰਦੇ ਨਾ ਜਦੋਂ ਉਹ ਪਾਸੇ ਖੜਾ, ਉਦੋਂ ਆਪਾਂ ਤੋਂ ਪੈਸੇ ਲੈਂਦੇ ਹਾਂ, ਵੀ ਆਪਣਾ ਇਹ ਰੱਖਿਆ ਵੀ ਜਿਹੜਾ ਬੰਦਾ ਆਪਣੇ ਨਾਲ ਜਾਪ ਲਿਆ ਉਹ ਖੇਡਿਆ ਨਾ ਖੇਡਿਆ ਜੀ, ਭਾਵੇਂ ਉਹ ਪਾਣੀ ਪੈ ਜਾਂਦਾ ਆਪਾਂ ਨੂੰ ਪੈਸੇ ਬਰਾਬਰ ਦੇਣੇ ਆ। ਅਸੀਂ 2007 ਦੇ ਵਿੱਚ ਓਪਨ ਮੈਚ ਜਿੱਤਣ ਲੱਗ ਗਏ ਸੀ, ਉਦੋਂ ਬਾਅਦ 'ਚ ਹੁਣ ਤੱਕ ਅਸੀਂ ਕਦੇ ਇੰਗਲੈਂਡ ਦੀ ਟੀਮ ਨੇ ਬਾਹਰਲੇ ਬੰਦੇ ਨੂੰ ਉਹਦੇ ਬਣਦਾ ਹੱਕ ਜਿਹੜਾ ਦੇਤਾ, ਉਦੋਂ ਬਾਅਦ 'ਚ ਅਸੀਂ ਕਦੇ ਪੈਸੇ ਨਹੀਂ ਵੰਡੇ ਸੀ, ਇੱਕ ਪਲੇਅਰ ਕੋਲ ਪੈ ਜਾਂਦੇ ਜਿਹਨੂੰ ਜਿੰਨੇ ਚਾਹੀਦੇ ਉੱਥੋਂ ਉਹਨੇ ਲੈ ਜਾਣੇ। 2013 ਦੇ ਵਿੱਚ ਅਸੀਂ ਗੱਡੀ ਲੈ ਲਈ ਸੀ ਇਨੋਵਾ, ਉਸ ਸਾਲ ਫਰੀ ਕਰਤੀ 7,30,000 ਰੁਪਏ ਦੀ ਲਈ ਸੀ ਅਸੀਂ, ਅਤੇ ਸਾਨੂੰ ਮਤਲਬ ਸਾਡੇ ਦੇ ਵਿੱਚ ਇੱਦਾਂ ਦਾ ਕੋਈ ਹੈ ਹੀ ਨਹੀਂ ਗਾ ਵੀ, ਅਤੇ ਬੈਸਟ ਮੈਂ ਜਿੱਦਾਂ ਨਿਕਲਦੇ ਸੀ ਪਹਿਲਾਂ ਕਿਉਂਕਿ ਮੈਂ ਮੇਨ ਸੀ ਸਾਡੀ ਟੀਮ 'ਚੋਂ, ਮੈਂ ਵੱਧ ਨਿਕਲਦਾ ਜੀ ਜੀ, ਜਾਂ ਮੇਰਾ ਛੋਟਾ ਬ੍ਰਦਰ, ਇਹ ਹੋਣ ਦੇ ਬਾਵਜੂਦ ਮੈਂ ਜਿਹੜਾ ਬੈਸਟ ਨਿਕਲਿਆ, ਬੈਸਟ ਨਿਕਲ ਕੇ ਮੋਟਰਸਾਈਕਲ ਜਿੱਤ ਕੇ ਜਿੰਨੇ ਮੇਰੇ ਟੀਮ ਮੈਂਬਰ ਸਾਰਿਆਂ ਨੂੰ ਮੈਂ ਇੱਕ ਮੋਟਰਸਾਈਕਲ ਦਿੱਤਾ, ਪਾਲੀ ਆ ਮੇਰੇ ਨਾਲ ਮੁੰਡਾ ਖੇਡਦਾ ਜੀ ਸਾਡਾ ਰੇਡਰ ਸੁਖਮੰਦਰ ਜੀ, ਛੋਟਾ ਬਚੀ ਸਾਰਿਆਂ ਨੂੰ ਮੋਟਰਸਾਈਕਲ ਸਨਮਾਨਿਤ ਕਰੇ ਆਪਾਂ ਟੀਮ। ਅੱਛਾ, ਵੀ ਬੰਦਿਆਂ ਨੂੰ ਇਹ ਨਾ ਲੱਗੇ ਵੀ ਇਹ ਬੰਦਾ ਇਕੱਲਾ ਖੇਡੀ ਜਾਂਦਾ ਅਤੇ ਇਕੱਲਾ ਜਿੱਤ ਕੇ ਲੈ ਜਾਂਦਾ, ਵੀ ਇੱਕ ਏਕੇ ਦੇ ਵਾਸਤੇ। ਉਦੋਂ ਬਾਅਦ ਦੇ ਵਿੱਚ 2010-11 ਦੇ ਵਿੱਚ ਮੈਂ ਕੈਨੇਡਾ ਗਿਆ। ਅੱਛਾ, 2010 'ਚ ਮੈਂ ਜਾ ਕੇ ਆ, 11 ਦੇ ਵਿੱਚ ਕੁਲਵਿੰਦਰ ਦੀ ਬਾਹਰ ਦੀ ਗੱਲ ਹੋਈ ਹੈ, ਤਾਂ ਜਿਹੜਾ ਮੇਰਾ ਰੀਡਰ ਸੀ ਉਹਦੀ ਗੱਲ ਮੂਹਰੇ ਇਹ ਕਰੀ ਆ ਵੀ ਜੇ ਇਹ ਆਊ ਤਾਂ ਮੈਂ ਆਉਣਾ ਨਹੀਂ, ਮੈਂ ਆਉਣਾ ਨਹੀਂ। ਤੁਸੀਂ ਇਹ ਸਟੈਂਡ ਲਿਆ? ਹਾਂ, ਇਹ ਸਟੈਂਡ ਲਿਆ ਸੀ। ਮੇਜਰ ਭਰੂਰ ਨੇ ਇਹ ਗੱਲ ਕਰੀ ਸੀ ਵੀ ਜੇ ਇਹ ਆਉਂਦਾ ਤਾਂ ਮੈਂ ਆਉਣਾ ਨਹੀਂ, ਮੈਂ ਆਉਣਾ ਨਹੀਂ।
ਵੀ ਕੱਲ ਨੂੰ ਪਿੰਡ ਚੋਂ ਨਾ ਕੋਈ ਬੰਦਾ ਇਹ ਕਹਿ ਦੇ ਵੀ ਦੋਨੇ ਭਰਾ ਬਾਹਰ ਚਲੇ ਗਏ ਤੇ ਯਾਰ ਦੂਜੇ ਨੂੰ ਪੁੱਛਿਆ ਤੁਹਾਡੀ ਉਹ ਮੰਗ ਪੂਰੀ ਹੋਈ? ਹਾਂਜੀ 2011 ਦੇ ਵਿੱਚ ਸਿਕੰਦਰ ਮੇਰਾ ਲੀਡਰ ਅੱਛਾ ਇਹਨਾਂ ਦੀ ਸ਼ਾਇਦ ਬਾਬਾ ਫਰੀਦ ਨਾਂ ਤੇ ਅਕੈਡਮੀ ਬਣੀ ਸੀਗੀ ਪੰਜ ਗ੍ਰਾਈ ਦੀ ਜੀ 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 ਉਹਨਾਂ 'ਚ ਖੇਡਿਆ ਸੀਗਾ ਜਲੰਧਰ ਸਿੱਧੂ ਹਾਂਜੀ ਜਲੰਧਰ ਸਿੱਧੂ ਜੀ ਜੀ ਗੁਰਪ੍ਰੀਤ ਤੁਹਾਡਾ ਭਰਾ ਕੁਲਵਿੰਦਰ ਵੀ ਜਿਹੜਾ ਕਬੱਡੀ ਦਾ ਵਧੀਆ ਖਿਡਾਰੀ ਹਾਂਜੀ ਥੋੜ੍ਹਾ ਜਿਹਾ ਪਰਿਵਾਰ ਬਾਰੇ ਦੱਸੋ ਪਰਿਵਾਰ 'ਚ ਕੌਣ ਕੌਣ ਹੈ ਅਤੇ ਕੁਲਵਿੰਦਰ ਪਹਿਲਾਂ ਖੇਡਣ ਲੱਗਿਆ ਜਾਂ ਬਾਅਦ ਦੇ ਵਿੱਚ ਤੁਹਾਨੂੰ ਵੇਖ ਕੇ? ਆਪਣੇ ਪਰਿਵਾਰ ਦੇ ਵਿੱਚ ਵੀ ਡੈਡੀ ਤਾਂ ਮੇਰੀ ਡੈਥ ਹੋ ਚੁੱਕੀ 1994 'ਚ ਐਕਸਪਾਇਰ ਹੋ ਗਏ ਸੀ ਜੀ ਮਾਤਾ ਮੇਰੇ ਅਤੇ ਦਾਦਾ ਦਾਦੀ ਵੀ ਮੇਰੇ ਹੈਗੇ ਅਤੇ ਤਿੰਨ ਬ੍ਰਦਰ ਆ ਸੀ ਵੱਡਾ ਮੈਰਿਡ ਆ ਜੀ ਉਹਨਾਂ ਦੇ ਇੱਕ ਬੱਚਾ ਅਨਮੋਲ ਨਾਂ ਮੇਰੇ ਭਤੀਜੇ ਦਾ ਜੀ ਅਤੇ ਮੇਰੇ ਦੋ ਗੁੜੀ ਆ ਅਨੂਰੀ ਅਤੇ ਜਪਜੀ ਅਤੇ ਕੁਲਵਿੰਦਰ ਇੱਕ ਛੋਟਾ ਬ੍ਰਦਰ ਉਹਦਾ ਨਾਂ ਜੀ ਜੀ ਅਤੇ ਸਾਡੇ 'ਚੋਂ ਪਹਿਲਾਂ ਉਹ ਮੇਰੇ ਨੂੰ ਵੀ ਪਹਿਲਾਂ ਮੇਰਾ ਵੱਡਾ ਭਰਾ ਵੀ ਖੇਡਦਾ ਰਿਹਾ ਜੀ ਜੀ ਮਤਲਬ ਤਿੰਨੇ ਅਸੀਂ ਖੇਡਣ ਲੱਗ ਗਏ ਸੀ ਵੈਸੇ ਪਰ ਡੈਡੀ ਹੈ ਨਹੀਂ ਸੀ ਘਰ ਦੇ ਕੰਮ ਵਗੈਰਾ ਹੁੰਦੇ ਨਹੀਂ ਸੀ ਅਤੇ ਉਹਨਾਂ ਨੇ ਗੇਮ ਛੱਡਤੀ ਸੀ ਅਤੇ ਕੁਲਵਿੰਦਰ ਨੂੰ ਲਾਉਣ ਵਾਲਾ ਮੈਂ ਹੀ ਹਾਂ ਵੀ ਇਹ ਥੋੜ੍ਹਾ ਜਿਹਾ ਰੁਝਾਨ ਘੱਟ ਰੱਖਦਾ ਸੀਗਾ ਹੁਣ ਵੀ ਦੇਖਿਆ ਜਦੋਂ ਤਾਂ ਇਹਨੂੰ ਮਨ ਹੁੰਦਾ ਖੇਡਣ ਦਾ ਉਹ ਤਾਂ ਖੇਡਦਾ ਵਧੀਆ ਹੁਣ ਇਸ ਸਾਲ ਕਹਿੰਦਾ ਮੈਂ ਖੇਡਣੀ ਹੈ ਹੁਣ ਕੈਨੇਡਾ ਗਿਆ ਵਿੱਚ ਉੱਥੋਂ ਵਾਪਸ ਆਇਆ ਗਾ ਕਹਿੰਦਾ ਇੱਕ ਸਾਲ ਆਪਾਂ ਖੇਡਣੀ ਆ ਵਧੀਆ ਲੋਕਾਂ ਨੂੰ ਦਿਖਾਈਏ ਵੀ ਜੰਗੀਆਂ ਦੀ ਟੀਮ ਸੀ ਵੀ ਦੁਬਾਰਾ ਆਪਾਂ ਉਹਨੂੰ ਉਸੇ ਫਾਰਮ 'ਚ ਲੈ ਕੇ ਆਉਣਾ ਜੀ ਜੀ ਅਤੇ ਹੁਣ ਵਧੀਆ ਮਿਹਨਤ ਕਰਦੇ ਠੀਕ ਆ ਵੈਸੇ ਕੈਨੇਡਾ ਖੇਡਿਆ 2011 ਜਦੋਂ ਤਿੰਨ ਕੱਪਾਂ ਦਾ ਬੈਸਟ ਆਏ ਪਰਿਵਾਰ ਦੀ ਪੂਰੀ ਹੱਲਾਸ਼ੇਰੀ ਹੈ ਹਾਂਜੀ ਪਰਿਵਾਰ ਦੀ ਪੂਰੀ ਪਹਿਲਾਂ ਤਾਂ ਥੋੜ੍ਹਾ ਜਿਹਾ ਹੁੰਦਾ ਸੀਗਾ ਵੀ ਉਹ ਇਹ ਨਹੀਂ ਸੀ ਵੀ ਕਬੱਡੀ ਨਾ ਖੇਡੋ ਮੇਰੇ ਮਾਸੀ ਦਾ ਮੁੰਡਾ ਖੇਡਦਾ ਹੁੰਦਾ ਜੀ ਰਾਮਪੁਰਾ ਸਾਈਡ ਢੱਡੇ ਪਿੰਡ ਆ ਜੀ ਜੀ ਉਹਦਾ ਹੱਥ ਟੁੱਟ ਗਿਆ ਸੀਗਾ ਮਾਸੀ ਦੇ ਮੁੰਡੇ ਇੱਥੋਂ ਗੱਲਾਂ ਗੱਲਾਂ ਸੀਗਾ ਅਤੇ ਮੇਰੇ ਨਾਨੇ ਨੇ ਬਹੁਤ ਰੋਕਣਾ ਸਾਨੂੰ ਕਿਉਂ ਡੈਡੀ ਹੈਣੀ ਛੋਟੇ ਸੀਗੇ ਜੀ ਅਤੇ ਉਹਨਾਂ ਨੇ ਸਾਨੂੰ ਪੈਸੇ ਪੂਸੇ ਨਾ ਦੇਣੇ ਵੀ ਇੱਧਰ ਵੀ ਦੂਰ ਨਾ ਨਿਕਲ ਜਾਣ ਖੇਡਣ ਖੁੱਡਣ ਤੋਂ ਉਹ ਜਿਹੜੇ ਮੁੰਡੇ ਸਾਨੂੰ ਮੈਂ ਦੱਸਿਆ ਜੀ ਮੇਰਾ ਉਸਤਾਦ ਆ ਬਲਬੀਰ ਉਹ ਪਟਾ ਗਿਆ ਜੀ ਉਹ ਮਤਲਬ ਕਟਿੰਗ ਦੁਕਾਨ ਸੀ ਉਹਨੇ ਪੈਸੇ ਪੂਸੇ ਲਾ ਕੇ ਮੈਨੂੰ ਖੇਡਣ ਲੈ ਜਾਣਾ ਅਤੇ ਜਿੰਨੇ ਕੁ ਪੈਸੇ ਉਹਦੇ ਕੋਲ ਹੁੰਦੇ ਸੀਗੇ ਕੰਮ ਕੁੰਮਾਂ ਦਾ ਕਰਕੇ ਦੁਕਾਨ 'ਤੇ ਲੈ ਕੇ ਆਉਂਦਾ ਉਹਦੇ ਨਾਲ ਮੈਨੂੰ ਖੇਡਣ ਦਾ ਹੌਲੀ ਹੌਲੀ ਉੱਪਰ ਆ ਗਏ ਜੀ ਅਤੇ ਹੁਣ ਬੰਦਾ ਉਹ ਆਪਣੇ ਨਾਲ ਜੁੜਿਆ ਆਪਾਂ ਵਧੀਆ ਉਹਦੀ ਹੈਲਪ ਕਰਦੇ ਜਿੰਨੀ ਉਹਨੂੰ ਲੋੜ ਪੈਂਦੀ ਆ ਅਤੇ ਉਸ ਕਰਕੇ ਕਹਿੰਦੇ ਸੀ ਕਰਦੇ ਜਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਉੱਪਰ ਉੱਠ ਖੜੇ ਵੀ ਨਾਂ ਬਣ ਲੱਗ ਗਿਆ ਘਰ ਦੇ ਪ੍ਰਾਊਡ ਫੀਲ ਕਰਦੇ ਵੀ ਆਪਣਾ ਮੁੰਡਾ ਖੇਡਦਾ ਲੋਕਾਂ ਨੇ ਦੱਸਣ ਆ ਗਏ ਵੀ ਤੁਹਾਡੇ ਮੁੰਡੇ ਨੇ ਜੇ ਇੱਥੇ ਜੱਫੇ ਲਾਏ ਤਾਂ ਫਿਰ ਹੌਲੀ ਹੌਲੀ ਇਹ ਚੀਜ਼ ਘੱਟ ਗਈ ਅਤੇ ਵੱਡੇ ਭਰਾ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੀ ਹੁਣ ਇਹ ਘਰ ਦੇ ਕੰਮ ਕੁੰਮ ਕਰਨੇ ਮੈਂ ਹੁਣ ਵੀ ਤਕਰੀਬਨ ਮੈਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਖੇਤ ਕਿੱਥੇ ਕੀ ਆ ਕੀ ਨਹੀਂ ਅੱਜ ਮੈਂ ਤੁਹਾਡੇ ਨਾਲ ਆਪਾਂ ਖੇਤ ਗੇੜਾ ਮਾਰ ਕੇ ਮੈਂ 4 ਸਾਲਾਂ ਬਾਅਦ ਖੇਤ ਜਾ ਕੇ ਆਇਆ ਅੱਛਾ ਹਾਂ ਸਾਰਾ ਕੰਮ ਕੁੰਮ ਉਹਨਾਂ ਨੇ ਸਾਂਭਣਾ ਵਾ ਇਕੱਲਾ ਖੇਡਣ 'ਤੇ ਛੱਡੇ ਵੀ ਜੀ ਜੀ ਅਤੇ ਖੇਡਣ 'ਤੇ ਹੁਣ ਇਹ ਚੀਜ਼ ਨੂੰ ਆਪਾਂ ਦੱਸਦੇ ਤਾਂ ਵੀ ਖੇਡਣ 'ਤੇ ਛੱਡਿਆ ਵੀ ਜੇ ਆਪਾਂ ਫਿਰ ਵੀ ਨਹੀਂ ਖੇਡ ਸਕਦੇ ਜਾਂ ਨਸ਼ੇ ਪੱਤੇ ਕਰੀ ਜਾਈਏ ਫਿਰ ਤਾਂ ਲਾਹਣ ਤਾਂ ਆਪਣੇ 'ਤੇ ਨਾ ਬਿਲਕੁਲ ਗੁਰਪ੍ਰੀਤ ਜਾਂਦੇ ਜਾਂਦੇ ਇਸ ਇੰਟਰਵਿਊ ਦੇ ਅਖੀਰ ਦੇ ਵਿੱਚ ਮੈਂ ਇੱਕ ਸਵਾਲ ਜਿਹੜਾ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਕਬੱਡੀ ਦੇ ਵਿੱਚ ਇੱਕ ਚੀਜ਼ ਬੜੀ ਪ੍ਰਚਲਿਤ ਹੈ ਕਿ ਰੈਫਰੀ ਦਾ ਫੈਸਲਾ ਟੱਲ ਹੋਵੇਗਾ 30-40, 50-60, 70 ਤੱਕ ਵੀ ਟੀਮਾਂ ਕਬੱਡੀ ਓਪਨ ਦੀਆਂ ਹੋ ਜਾਂਦੀਆਂ ਸੈਮੀ ਫਾਈਨਲ ਜਾਂ ਫਾਈਨਲ ਜਾਂ ਕੁਆਟਰ ਫਾਈਨਲ ਦੇ ਵਿੱਚ ਜਾ ਕੇ ਵੀ ਰੌਲਾ ਪੈ ਜਾਂਦਾ ਕਬੱਡੀ 'ਚ ਸੁਭਾਵਿਕ ਆ ਕਿਸੇ ਪੁਆਇੰਟ 'ਤੇ ਰੌਲਾ ਪੈਣਾ ਇਹ ਜ਼ਰੂਰੀ ਨਹੀਂ ਹੁੰਦਾ ਰੈਫਰੀ ਜਾਣ ਬੁੱਝ ਕੇ ਗਲਤੀ ਕਰਦਾ ਕਈ ਵਾਰੀ ਹੋ ਜਾਂਦੀ ਹੈ ਕਮੇਟੀ ਵੱਲੋਂ ਸਟੇਜ ਤੋਂ ਅਨਾਊਂਸ ਕੀਤਾ ਜਾਂਦਾ ਗਰਾਊਂਡ 'ਚੋਂ ਕਮੈਂਡੇਟਰ ਕਰਦਾ ਕਿ ਰੈਫਰੀ ਦਾ ਫੈਸਲਾ ਟੱਲ ਹੈ ਉਹ ਟੱਲ ਫੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਨੁਕਸਾਨ ਆ ਖਿਡਾਰੀਆਂ ਦਾ ਕੀ ਹੱਲ ਹੋਣਾ ਚਾਹੀਦਾ ਉਹਦਾ ਨੁਕਸਾਨ ਤਾਂ ਉਹਦਾ ਬਹੁਤ ਹੈ ਜੀ ਦੇਖੋ ਕਈ ਵਾਰੀ ਅੱਧੇ ਪੁਆਇੰਟ 'ਤੇ ਜਾਂ ਕੋਈ ਵਧੀਆ ਟੀਮ ਹੈ ਜਿਹਦਾ ਆਪਾਂ ਨੂੰ ਇਹ ਲੱਗਦਾ ਵੀ ਇਹ ਟੀਮ ਨੇ ਅੱਗੇ ਜਾਣਾ ਕੋਈ ਨੋ ਕਿਉਂ ਗੇਮ ਹੈ ਤਿਲਕਣ ਬਾਜੇ ਕਿ ਨੋਰਮਲ ਟੀਮ ਮੈਚ ਉਹਦੇ ਨਾਲ ਟਫ ਹੋ ਜਾਂਦਾ ਬਿਲਕੁਲ ਅਤੇ ਉੱਥੇ ਕੋਈ ਪੁਆਇੰਟ ਉਹਨੂੰ ਗਲਤ ਦੇ ਕੇ ਵਧੀਆ ਟੀਮ ਹਾਰ ਜਾਂਦੀ ਹੈ ਜੀ ਉਹ ਟੀਮ ਨੇ ਤਾਂ ਕਿ ਉਹ ਨਵੀਂ ਉਹਨੂੰ ਤਾਂ ਅੱਗੇ ਹਾਰੀ ਜਾਣਾ ਹੁੰਦਾ ਅਤੇ ਉਹ ਬੰਦੇ ਇੰਨਾ ਟਾਈਮ ਦਾ ਸਟਰਗਲ ਕੀਤਾ ਵਾ ਜਾਂ ਜੋ ਮਿਹਨਤ ਆ ਫਿਰ ਉਹਨੂੰ ਬਹੁਤ ਦੁੱਖ ਹੁੰਦਾ ਵੈਸੇ ਇਹ ਚੀਜ਼ਾਂ ਬਾਅਦ ਦੇ ਵਿੱਚ ਰੈਫਰੀ ਜੋ ਹੋ ਗਿਆ ਜਿੱਦਾਂ ਹੁਣ ਸਿਸਟਮ ਚੱਲਦਾ ਆਪਾਂ ਰੀਪਲੇ ਕਰਕੇ ਸਭ ਕੁਝ ਦਾ ਹੱਲ ਹੈਗਾ ਬਿਲਕੁਲ ਪਰ ਇਹ ਕਮੇਟੀਆਂ ਇੱਥੇ ਉਹ ਕਰਦੀਆਂ ਜਿਨ੍ਹਾਂ ਨੂੰ ਕਬੱਡੀ ਦੀ ਨੌਲੇਜ ਨਹੀਂ ਕੋਈ ਅਤੇ ਕੱਲਾ ਉਹਨਾਂ ਨੇ ਪਿੰਡ 'ਚ ਠੁੱਕ ਬਣਾਉਣੀ ਹੁੰਦੀ ਜੀ ਇਹ ਟੂਰਨਾਮੈਂਟ ਕਰਾਤਾ ਨਹੀਂ ਆਮ ਆਪਾਂ ਟੂਰਨਾਮੈਂਟ ਜਿੱਥੇ ਹੁੰਦੇ ਨਾ ਜਿਹੜਾ ਬੰਦਾ ਪੁਰਾਣੀ ਕਬੱਡੀ ਖੇਡਦਾ ਅਤੇ ਕਬੱਡੀ ਨਾਲ ਜੁੜਿਆ ਵਾ ਜੀ ਜੀ ਕੋਈ ਨੌਲੇਜ ਰੱਖਦਾ ਉਹ ਬੰਦੇ ਨੂੰ ਆਪ ਨੂੰ ਫੀਲ ਹੁੰਦਾ ਉਹ ਪਲੇਅਰ ਰਹਿ ਚੁੱਕਿਆ ਹੁੰਦਾ ਵੀ ਪਲੇਅਰ ਦਾ 'ਚ ਨੁਕਸਾਨ ਕੀ ਹੈ ਉਹ ਇਹ ਕੰਮ ਨਾ ਕਰੂਗਾ ਉਹਨੂੰ ਰੀਪਲੇ ਜਾਂ ਦੇਖਣਗੇ ਜਾਂ ਉੱਦਾਂ ਕੋਈ ਵਿਚਾਰ ਕੁਛ ਵੀ ਹੱਲ ਹੁੰਦਾ ਹੈਗਾ ਜਿਹੜੇ ਬੰਦੇ ਨੂੰ ਨਹੀਂ ਨਾ ਕਰਨੀਆਂ ਕਮੇਟੀਆਂ ਆਮ ਆਪਾਂ ਕਹਿ ਦਿੰਦੇ ਹਾਂ ਵੀ ਪਿੰਡ 'ਚ
ਬੱਲੇ ਬੱਲੇ ਗਰਾਊਂਡ ਵੀ ਟੂਰਨਾਮੈਂਟ ਕਰਾਤਾ ਜਾਂ ਅਖਾੜੇ ਲਾ ਲਏ ਜਾਂ ਕਰ ਲਿਆ, ਜਾਂ ਉਹਨਾਂ ਨੂੰ ਇਹ ਹੁੰਦਾ ਵੀ ਕਬੱਡੀ ਦਾ ਤਾਂ ਘੰਨਾ ਹੁੰਦਾ, ਬਾਅਦ 'ਚ ਅਖਾੜੇ ਚਲਾਉਣਾ ਵੀ ਮਾਰ ਦਿਓ ਹੱਥ ਬਸ ਜੀ, ਉਹ ਚੀਜ਼ਾਂ ਇਹ ਕਰਦੇ ਆ। ਅਤੇ ਰੈਫਰੀ ਵੀ ਆ, ਜੇ ਟੀਮਾਂ ਥੋੜ੍ਹੀਆਂ ਸੀਮਤ ਰੱਖਣ ਤਾਂ ਰੈਫਰੀ 'ਤੇ ਵੀ ਇਹ ਚੀਜ਼ ਦਾ ਪ੍ਰਭਾਵ ਨਾ ਪਵੇ, ਕਿਉਂਕਿ ਸਾਰਾ ਸਾਰਾ ਦਿਨ ਧੁੱਪੇ ਮੱਚੀ ਤਾਂ ਉਹਨਾਂ ਤੋਂ ਵੀ ਕਈ ਵਾਰ ਹੋ ਜਾਂਦੀ ਆ, ਉਹਨਾਂ ਦਾ ਜੀ ਤਾਂ ਕਰਦਾ ਨਹੀਂ ਹੁੰਦਾ ਵੀ ਕਿਸੇ ਤੋਂ ਗਾਲਾਂ ਲੈਣ ਦਾ। ਬਿਲਕੁਲ। ਪਰ ਇੱਕ ਚੀਜ਼ ਮੈਂ ਕਹੂੰਗਾ ਵੀ ਰੈਫਰੀ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਵੀ ਜੇ ਮੈਂ ਸਟੋਪਰ ਹੈ ਤਾਂ ਮੈਂ ਰੇਡ ਨਹੀਂ ਨਾ ਪਾ ਸਕਦਾ, ਜਿਹਨੂੰ ਪਤਾ ਮੈਂ ਰੈਫਰੀ ਨਹੀਂ ਕਰ ਸਕਦਾ ਤਾਂ ਉਹਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ। ਬਹੁਤ ਲੋ ਪੈਸਿਆਂ ਨੂੰ ਜੁੜੇ ਹੋਏ ਨੇ, ਪੈਸਿਆਂ ਨੂੰ ਜੁੜੇ ਵੀ ਪੈਸਾ ਬਣ ਗਿਆ ਇਹਦੇ 'ਚ, ਕਿਉਂਕਿ ਜੇ ਵੈਸੇ ਦੇਖਿਆ ਜਾਵੇ ਤਾਂ ਕਰਨੀ ਵਿਸਲੀ ਮਾਰਨੀ ਨਾ ਖੜ ਕੇ, ਕੋਈ ਪ੍ਰੈਕਟਿਸ ਨਹੀਂ ਕਰਨੀ, ਕੁਛ ਹੋਰ ਨਹੀਂ, ਟੂਰਨਾਮੈਂਟ ਠੇਕਿਆਂ ਤੇ ਵੀ ਚੱਲਦੇ ਆ ਉਹ ਚੀਜ਼ ਨੂੰ। ਹਾਂ, ਠੇਕਿਆਂ ਤੇ ਚੱਲਦੇ ਆ ਜੀ ਬੰਦੇ, ਰੈਫਰੀ ਆ ਜਿਹੜੇ ਮੇਨ, ਉਹ ਟੂਰਨਾਮੈਂਟ ਦੀ ਸਾਈ ਫੜ ਲੈਂਦੇ ਆ, ਬਾਅਦ ਦੇ ਵਿੱਚ ਬੰਦੇ ਮਾੜੇ ਲੈ ਜਾਣੇ। ਜਿਹੜਾ ਹੁਣ ਇੱਕ ਵਧੀਆ ਰੈਫਰੀ ਦਾ ਰੇਟ 1500-2000 ਹੋਊਗਾ ਮੇਰਾ ਖਿਆਲ, ਤੇ ਜਿਹੜਾ ਨੋਰਮਲ ਆਉਂਦਾ ਉਹਨਾਂ ਨੂੰ ਫੋਨ ਲਾਉਂਦੇ ਸਾਨੂੰ ਲੈ ਜਾਓ ਉਹਨਾਂ ਨੂੰ 500, 500 ਵਾਲਾ ਹੁੰਦਾ ਤਾਂ ਲੈਣ ਮੈਣ ਲਾਉਣ ਵਾਸਤੇ ਆ, ਬੜਾ ਨਹੀਂ ਕੋਈ, ਉਹਨੂੰ ਜਾ ਕੇ ਵਿੱਚ ਲੈਣ ਦੇ ਵਿੱਚ ਰੋਲ ਇਹ ਵੀ ਪੈਂਦੇ ਆ। ਬਿਲਕੁਲ, ਕਹਿਣ ਦਾ ਭਾਵ ਇਸ ਚੀਜ਼ ਦੇ ਵੀ ਸੁਧਾਰ ਦੀ ਸੁਧਾਰ, ਹਾਂਜੀ ਹਾਂਜੀ ਲੋੜ ਆ ਜੀ। ਜੀ, ਕਬੱਡੀ ਦੇ ਵਿੱਚ ਇੱਕ ਬੜਾ ਰੁਝਾਨ ਹੈ, 2 ਜਾਂ 3 ਵਜੇ ਕਬੱਡੀ ਓਪਨ ਦੀਆਂ ਟੀਮਾਂ ਪਹੁੰਚਦੀਆਂ ਨੇ, ਪ੍ਰਬੰਧਕ ਕਹਿੰਦੇ ਟੀਮਾਂ ਲੇਟ ਆਉਂਦੀਆਂ ਨੇ ਓਪਨ ਦੀਆਂ, ਅਸੀਂ ਤਾਂ ਲੇਟ ਸਟਾਰਟ ਕਰਦੇ ਹਾਂ, ਖਿਡਾਰੀ ਕਹਿੰਦੇ ਅਸੀਂ ਕੱਲ੍ਹ ਦੇ ਖੇਡੇ ਹੋਏ ਹਾਂ, ਅਸੀਂ ਰਾਤ ਲੇਟ ਘਰ ਆਏ ਅਤੇ ਲੇਟ ਉੱਠੇ ਇਸ ਕਰਕੇ ਗਰਾਊਂਡ 'ਚ ਲੇਟ ਆ ਰਹੇ ਹਾਂ। ਦਰਸ਼ਕਾਂ ਦਾ ਕੀ ਕਸੂਰ ਹੈ ਇੱਥੇ, ਗਲਤੀ ਕਿਹਦੀ ਹੈ, ਕੀ ਸੁਧਾਰ ਹੋ ਸਕਦਾ ਰਾਤਾਂ ਨੂੰ ਮੈਚ ਨਾ ਹੋਣ, ਦਿਨੇ ਦਿਨੇ ਕਬੱਡੀ ਹੋਵੇ, ਜਿਸ ਤਰ੍ਹਾਂ ਪਹਿਲਾਂ 5-6 ਵਜੇ ਫਾਈਨਲ ਹੁੰਦਾ ਹੁੰਦਾ ਸੀ, ਬੜੇ ਵਧੀਆ ਮੈਚ ਸੀਗੀ। ਇਹਦਾ ਸੁਧਾਰ ਤਾਂ ਇਹੀ ਹੈ ਜੀ, ਮਤਲਬ ਜਿੱਦਾਂ ਆਪਾਂ ਟੂਰਨਾਮੈਂਟ ਕੋਈ ਰੱਖਦੇ ਹਾਂ ਜੀ, ਉਹਦੀ ਡੇਟ ਹੈਗੀ ਉਹ ਕਨਫਰਮ ਕਰ ਰੱਖਣੀ ਚਾਹੀਦੀ ਹੈ ਕਰਕੇ, ਵੀ ਜਿੱਦਾਂ ਇਹ ਤੋਂ ਪਹਿਲਾਂ 1 ਦਿਨ ਜਾਂ 2 ਦਿਨ ਮੈਚ ਹੈ ਜਾਂ ਨਹੀਂ ਹੈ, ਵੀ ਪਲੇਅਰ ਨੂੰ ਥੋੜ੍ਹੀ 1 ਦਿਨ ਤਾਂ ਘੱਟੋ ਘੱਟ ਹੋਵੇ ਨਾ ਰੈਸਟ ਕਰਨ ਨੂੰ, ਜਿੱਦਾਂ ਪਲੇਅਰ ਸਾਰਾ ਦਿਨ ਜ਼ੋਰ ਮਾਰੀ ਜਾਂਦਾ ਜੀ, ਅਤੇ ਦੂਜੇ ਦਿਨ ਫਿਰ ਟਾਈਮ 'ਤੇ ਜਾਣਾ ਹੋਵੇ, ਜਿੱਦਾਂ ਜਿਹੜੀ ਟੀਮ ਫਾਈਨਲ ਖੇਡੇਗੀ, ਬਿਲਕੁਲ ਫਾਈਨਲ ਖੇਡਦੀ ਹੈ, ਜੇ 8 ਵਜੇ ਵੀ ਆਪਾਂ ਮੈਚ ਕਰਾਉਣੇ ਆ ਤਾਂ ਉਹ ਬੰਦੇ ਨੂੰ 11 ਤੱਕ ਤੇਰੀ ਗਈ ਨਹੀਂ, ਵੀ 11 ਤਾਂ ਵੱਜੀ ਜਾਂ, 11 ਵਜੇ ਜਾ ਕੇ ਸੁਬਹਾ ਫਿਰ ਦੁਬਾਰੇ ਸੁਬਹਾ 10 ਵਜੇ 11 ਵਜੇ ਭਾਲਦੇ ਉਹ ਨਹੀਂ ਜਾਇਆ ਜਾਂਦਾ, ਵੀ ਜੇ 1 ਦਿਨ ਦੇ ਵਿੱਚ ਦੀ ਗਾਇਬ ਹੋਵੇ ਤਾਂ ਫਿਰ ਅਗਲੇ ਟੂਰਨਾਮੈਂਟ 'ਤੇ ਜਾਣਾ ਸੌਖਾ ਹੈਗਾ, ਕਿਉਂਕਿ ਬੰਦੇ ਦੀ ਰਿਕਵਰੀ ਤਾਂ ਹੁੰਦੀ ਨਹੀਂ ਗੀ, ਸੌਂ ਕੇ ਉਹਨੂੰ ਸੌਣਾ ਵੀ, ਬੰਦੇ ਨੇ ਸੌਣ ਤਾਂ ਦੂਜੇ ਨੂੰ ਪਰਫੋਰਮੈਂਸ ਨਹੀਂ ਦਿੰਦਾ, ਇਹ ਚੀਜ਼ ਆ ਵੀ ਮਾੜਾ ਜਿਹਾ ਧਿਆਨ ਰੱਖਣਾ ਚਾਹੀਦਾ, ਇਹ ਨਹੀਂ ਵਿੱਚ ਅੱਜ ਕੱਲ੍ਹ ਤਾਂ ਚੱਲੀ ਇਹ ਪਿਆ ਵੀ ਜੇ ਉਹਦਾ ਟੂਰਨਾਮੈਂਟ ਦਾ ਜੀ ਵਿੱਚ ਰੱਖ ਦਿਓ ਆਪਾਂ ਤਾਂ ਟੀਮ ਸਾਦੀ ਲੈਣੀ, ਆਪਾਂ ਨਾਮ ਵਧਾ ਦਾਂਗੇ, ਕਿਰਾਇਆ ਵੱਧ ਦੇ ਦਾਂਗੇ, ਬਸ ਲੋਕਾਂ ਦੀ ਵੀ ਇੱਕ ਦੂਜੇ ਨੂੰ ਫੇਲ ਕਰਨ ਦੀ ਦੌੜ ਚੱਲ ਰਿਹਾ। ਬਿਲਕੁਲ, ਇਹ ਨਹੀਂ ਸੋਚਦੇ ਵੀ ਇਹ 'ਚ ਪਲੇਅਰ ਦਾ ਵੀ ਨੁਕਸਾਨ ਹੈ, 2 ਦਿਨ ਇਕੱਠਾ ਜ਼ੋਰ ਮਾਰਦਾ ਤਾਂ 3ਜੇ ਦਿਨ ਬੰਦਾ ਖਤਮ ਹੈ, ਰਾਤਾਂ ਨੂੰ ਵੀ ਖਿਡਾਰੀ ਬੇ ਟਾਈਮ ਆਉਂਦੇ ਆ, ਰਾਤਾਂ ਨੂੰ ਬੇ ਟਾਈਮ ਤੁਰੇ ਫਿਰਦੇ ਆ, ਸਾਰਾ ਧੁੰਦਾਂ ਦਾ ਵੀ ਸਮਾਂ ਧੁੰਦ ਵੀ ਆ ਜੀ, ਮਤਲਬ ਬੰਦਾ ਨੀਂਦਰੇ ਤੁਰੇ ਫਿਰਦਾ, ਬੰਦੇ ਐਕਸੀਡੈਂਟ ਵਗੈਰਾ ਵੀ ਹੋ ਸਕਦਾ, ਦਰਸ਼ਕ ਵੀ ਹਨੇਰੇ ਆਉਂਦੇ ਹੈਗੇ, ਅਤੇ ਇਹ ਚੀਜ਼ ਦਾ ਕੋਈ ਹੱਲ ਤਾਂ ਇਹੀ ਹੈ ਵੀ ਮਤਲਬ ਤਰੀਕ ਜਿਹੜੀ ਆਪਾਂ ਰੱਖਦੇ ਹਾਂ ਟੂਰਨਾਮੈਂਟ ਦੀ, ਕੋਈ ਵੀ ਟੂਰਨਾਮੈਂਟ ਪਤਾ ਹੋਣਾ ਚਾਹੀਦਾ ਵੀ ਇਦੋਂ ਪਹਿਲਾਂ ਟੂਰਨਾਮੈਂਟ ਆ ਹੈਗਾ ਜਾਂ ਨਹੀਂ ਹੈਗਾ, ਜਾਂ ਟੂਰਨਾਮੈਂਟ ਹੀ ਆਪਾਂ ਰੱਖਦੇ ਹਾਂ ਕਿ ਜਿੱਦਾਂ ਹੁਣ ਕੋਈ 1,75,000 ਦਾ ਚੱਲੀ ਜਾਂਦਾ ਜਾਂ ਕੋਈ ਛੋਟਾ ਚੱਲਦਾ, ਉਹਦੇ ਵਿੱਚ ਵੀ ਆਪਾਂ ਨੂੰ ਦੇਖ ਵੀ ਆਹ ਟੂਰਨਾਮੈਂਟ ਜ਼ਿਆਦਾ ਹੈਵੀ ਸੀ ਵਿੱਚ ਸੀਨੀਅਰ ਜਾਂ ਸਟਾਰ ਸਾਰੇ ਖੇਡੇ ਹੋਣ, ਉਹ ਚੀਜ਼ ਵੀ ਧਿਆਨ 'ਚ ਰੱਖਣੀ ਚਾਹੀਦੀ ਹੈ। ਅਤੇ ਇੱਕ ਪਲੇਅਰਾਂ ਨੂੰ ਮੈਂ ਵੀ ਕਹੂੰਗਾ ਵੀ ਮਤਲਬ ਜਿੱਦਾਂ 31-21 ਦਾ ਕੋਈ ਮੈਚ ਹੋਣਾ ਹੁਣ ਆਪਣੇ ਚੱਲਦੇ, ਅਤੇ ਕਮੇਟੀ ਨੂੰ ਵੀ ਇਹ ਮਤਲਬ 31-21 'ਤੇ ਉਹ ਬੰਦੇ ਏ ਕਲਾਸ ਭਾਲਦੇ ਜਾਂ ਵੀ ਆਹ ਬੰਦਾ ਸਾਡੇ ਖੇਡ ਕੇ ਜਾਵੇ, ਉਹ ਗੱਲ ਵੀ ਉਹਨਾਂ ਦੀ ਮੈਨੂੰ ਕੋਈ ਜਚੀ ਨਹੀਂ, ਵੀ ਜਿਹੜੇ ਹੁਣ ਬੰਦੇ ਵਿੱਚ ਇੱਦਾਂ ਦੀ ਵੀ ਟੀਮਾਂ ਪਈਆਂ ਜਿਹੜੀਆਂ ਕਦੇ ਮੈਚ ਹੀ ਨਹੀਂ ਜਿੱਤੀਆਂ ਉਹ ਕਿੱਧਰ ਨੂੰ ਜਾਣ, ਉਹ ਟੂਰਨਾਮੈਂਟ 'ਤੇ ਵੀ ਆਪਾਂ ਜਾ ਕੇ ਏ ਕਲਾਸ ਬੰਦੇ ਸੱਦੀ ਫਿਰਦੇ ਹਾਂ, ਵੀ ਮੇਰਾ ਕਹਿਣ ਦਾ ਇਹ ਆ ਵੀ ਲੇਵਲ ਜਿਹਾ ਰੱਖਣਾ ਚਾਹੀਦਾ ਬੰਦੇ ਨੂੰ ਵੀ ਵਧੀਆ ਪਲੇਅਰ ਆਹ ਨਾਮ 'ਤੇ ਖੇਡਦੇ ਆ, ਅਤੇ ਜਿਹੜਾ ਕੋਈ 41-31 ਤੋਂ ਥੱਲੇ ਜਾਂ 31-21 ਦਾ ਨਾਮ ਰੱਖਦਾ ਉਹ ਜੂਨੀਅਰ ਪਲੇਅਰਾਂ ਨੂੰ ਖੇਡ ਕੇ ਜਿੱਤ ਲੈਣਾ ਚਾਹੀਦਾ। ਇੱਕ ਨਰੋਲ ਪਿੰਡ ਹੁੰਦੀ ਹੈ, ਇੱਕ 'ਚ 2 ਵਾਰੋਂ ਹੁੰਦੇ ਆ, ਕਿਸੇ 'ਚ 1 ਕਿਸੇ 'ਚ 3, ਕਿਹੜੀ ਠੀਕ ਮੰਨਦੇ ਹੋ? ਠੀਕ, ਵੈਸੇ ਤਾਂ ਨਰੋਲ ਹੀ ਬਣਦੀ ਸੀ, ਨਰੋਲ ਦੀਆਂ ਹੁਣ ਟੀਮਾਂ ਨੇ ਅੱਜ ਕੱਲ੍ਹ ਬਣਦੀਆਂ, ਇਹ ਵੀ ਚੱਕਰ ਆ, ਬਾਕੀ ਜੇ ਇਹ ਰੂਲ ਹੀ ਹੋ ਜੇ ਤਾਂ ਫਿਰ ਆਪੇ ਬੰਦਾ ਬਣਾਊਗਾ ਹੀ, ਉਹਨੂੰ ਕੋਈ ਹੱਲ ਤਾਂ ਲੱਭਣਾ ਹੀ ਪੈਣਾ ਜੀ। ਵੈਸੇ 2 ਬਾਹਰੋਂ ਉਹਦੇ 'ਚ ਵਧੀਆ ਠੀਕ ਹੁੰਦੀ ਸੀ ਟੀਮ, 3 ਦਾ ਵੀ ਠੀਕ ਆਉਣਾ, ਜਿਹੜਾ 4 ਕਰ ਦਿੰਦੇ ਜਾਂ 5, ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਗਲਤ ਆ ਗਈਆਂ, ਕਿਉਂਕਿ ਕੁਝ ਮਾੜੇ ਪਲੇਅਰ ਦਾ ਨੁਕਸਾਨ ਬਹੁਤ ਹੋ ਜਾਂਦਾ, ਜਿਹੜੇ ਟੀਮ 1 ਬੰਦੇ ਦੀ ਟੀਮ ਆ ਉਹਦੇ ਕੋਲ 3 ਪਲੇਅਰ ਜਾਂ 4 ਸਟਾਰ ਹੈ ਜੀ, 3 ਜਾਂ 4 ਹੋਰ ਲੈਣ ਦਾ ਤਾਂ ਉਹਦਾ ਹਾਰਨ ਦਾ ਕੋਈ
ਨਹੀਂ ਬਣਦਾ ਵੀ ਬਹਰੂ ਕਿਹੜੇ ਹਿਸਾਬ ਨਾਲ ਟੀਮ ਤੋਂ ਸਾਰੇ ਸਟਾਰ ਪਲੇਅਰ ਹੋ ਗਏ ਜੀ। ਉਹ ਚੀਜ਼ ਆ ਵੀ ਉਹਦੇ 'ਚ ਜਿਹੜੇ ਮਾੜੇ ਪਲੇਅਰ ਆ ਜੇ ਦੋ ਕਰ ਦੇਣ ਜਾਂ ਇੱਕ ਕਰ ਦੇਣ ਉਹਨਾਂ ਨੂੰ ਥੋੜ੍ਹਾ ਜਿਹਾ ਤਾਂ ਹੌਂਸਲਾ ਹੋਊਗਾ ਨਾ ਵੀ ਜੋ ਚਾਰ ਮੈਚ ਜਿੱਤਣਗੇ ਪੈ ਜਾਣਗੇ ਤਾਂ ਹੌਂਸਲਾ ਵਧੂਗਾ ਜੀ ਅਤੇ ਬੰਦਾ ਆਪੇ ਸਟੈਪ ਬਾਈ ਸਟੈਪ ਅੱਗੇ ਆ ਹੌਲੀ ਹੌਲੀ ਸਟਾਰਾਂ 'ਚ ਆਪੇ ਚਲੇ ਜਾਣਾ। ਬਿਲਕੁਲ। ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਅੱਜ ਮੇਰੇ ਨਾਲ। ਅੱਜ ਮੇਰੇ ਨਾਲ ਗੁਰਪ੍ਰੀਤ ਜੰਗੀਆਣੇ ਨੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕੀਤੀਆਂ। ਇਸ ਪ੍ਰੋਗਰਾਮ ਦੇ ਵਿੱਚ ਕਬੱਡੀ ਬਾਬਤ ਅਸੀਂ ਗੁਰਪ੍ਰੀਤ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਗੱਲਾਂ ਅਤੇ ਕਬੱਡੀ ਦੀਆਂ ਗੁਰਪ੍ਰੀਤ ਨੇ ਸਾਂਝੀਆਂ ਕੀਤੀਆਂ। ਉਮੀਦ ਹੈ newsnumber.com ਦੀ ਇਹ ਕੋਸ਼ਿਸ਼ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਮੈਨੂੰ ਬਿੱਟੂ ਚੱਕ ਵਾਲੇ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਦਿਓ ਇਜਾਜ਼ਤ। ਅਗਲੀ ਵਾਰੀ ਫੇਰ ਮਿਲਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ।